ਹਾਂਜੀ ਵਿਦਿਆਰਥੀਓ, ਅੱਜ ਆਪਾਂ ਗੱਲ ਕਰਾਂਗੇ ਸੱਭਿਆਚਾਰ ਬਾਰੇ। ਸੱਭਿਆਚਾਰ ਅਤੇ ਲੋਕ ਧਾਰਾ ਦੋ ਟੋਪਿਕ ਤੁਹਾਨੂੰ ਪਤਾ ਹੀ ਹੈ, ਦੇ ਹੀ ਰੱਖੇ ਲੈਕਚਰਾਰ ਦੇ ਵਿੱਚ ਵੀ ਦੇ ਰੱਖੇ ਸਿਲੇਬਸ ਦੇ ਵਿੱਚ, ਅਤੇ ਆਪਣੇ ਗ੍ਰੇਡ ਸੈਕਿੰਡ ਵਾਲਾ ਜਿਹੜਾ ਸਿਲੇਬਸ ਆ ਉਹਦੇ ਵਿੱਚ ਵੀ ਦੇ ਰੱਖੇ ਹੈ ਨਾ। ਸੱਭਿਆਚਾਰ ਅਤੇ ਲੋਕ ਧਾਰਾ ਅਲੱਗ ਅਲੱਗ ਦਿੱਤੇ ਹੋਏ ਆ। ਲੋਕ ਧਾਰਾ ਦੇ ਵਿੱਚ ਹੀ ਟੋਪਿਕ ਹੁੰਦਾ ਲੋਕ ਸਾਹਿਤ, ਜਿਹਦੇ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਨਾ। ਲੋਕ ਸਾਹਿਤ ਦੇ ਬਾਰੇ ਆਪਾਂ ਪੜ੍ਹਿਆ ਸੀਗਾ ਥੋੜ੍ਹਾ ਬਹੁਤਾ। ਲੋਕ ਸਾਹਿਤ ਦੇ ਰੂਪ ਆ ਉਹ ਵੀ ਵੀਡੀਓ ਤੁਹਾਨੂੰ ਮਿਲ ਜੂਗੀ, ਕੋਈ ਦਿੱਕਤ ਨਹੀਂ ਉਹਦੇ ਵਿੱਚ ਵੀ। ਹਾਂ, ਆਪਾਂ ਸੱਭਿਆਚਾਰ ਦੀ ਗੱਲ ਕਰਦੇ, ਪਹਿਲਾਂ ਇੱਕ ਨਾ ਤੁਹਾਡੇ ਛੋਟਾ ਜਿਹਾ ਟੋਪਿਕ ਦੇ ਰੱਖਿਆ ਇੱਕ, ਵੀ ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਅਤੇ ਪਛਾਣ ਚਿੰਨ੍ਹ ਕੀ ਹੈ। ਵੈਸੇ ਇਹ ਨਾ ਕੋਮਨ ਸਿੱਧਾ ਨਹੀਂ ਮਿਲਦਾ ਗਾ ਕਿਤੋਂ ਵੀ। ਜਿਵੇਂ ਮੰਨ ਲਓ ਤੁਸੀਂ ਆਪਣੇ ਪੜ੍ਹ ਰਹੇ ਹੋ 9th ਵਾਲੀ ਬੁੱਕ ਦਾ ਪਹਿਲਾ ਚੈਪਟਰ ਪੜ੍ਹੀ ਜਾਂਦੇ ਹੋ, ਪੰਜਾਬੀ ਸੱਭਿਆਚਾਰ ਬਾਰੇ ਆ ਉਹ, ਹੈ ਨਾ। ਪੰਜਾਬੀ ਸੱਭਿਆਚਾਰ ਦੇ ਵਿੱਚ ਦਿਖਦਾ ਹੋਇਆ ਵੀ ਪਰਿਵਾਰ ਦਾ ਮੁਖੀਆ ਜਿਹੜਾ ਉਹ ਪਰਿਵਾਰ ਦੇ ਜਿਹੜਾ ਟੱਬਰ ਦਾ ਮੁਖੀਆ ਹੁੰਦਾ ਹੈ ਨਾ, ਉਹਨੂੰ ਲਾਣੇਦਾਰ ਕਹਿੰਦੇ ਆ ਨਾ, ਐਵੇਂ ਕਰਕੇ ਜਿਹੜਾ ਤੁਸੀਂ ਪੜ੍ਹਦੇ ਆ ਉਹ ਇਹਦੀ ਪਛਾਣ ਹੈ, ਇੱਕ ਪਛਾਣ ਚਿੰਨ੍ਹ ਹੈ ਉਹ ਪੰਜਾਬੀ ਸੱਭਿਆਚਾਰ ਦੀ ਵਿਲੱਖਣਤਾ ਅਤੇ ਪਛਾਣ ਚਿੰਨ੍ਹਾਂ ਬਾਰੇ ਉਹ ਚੈਪਟਰ ਹੈ ਇੱਕ। ਫਿਰ ਉਹਨੇ ਦਿੱਤਾ ਵੀ ਰਿਸ਼ਤਾ ਪ੍ਰਣਾਲੀ ਦੇ ਦੋ ਆਧਾਰ ਹੁੰਦੇ ਆ, ਇੱਕ ਦਾਦਕੇ ਇੱਕ ਨਾਨਕੇ। ਫਿਰ ਵੱਡਾ ਰੁਤਬਾ, ਸਭ ਤੋਂ ਵੱਡਾ ਰੁਤਬਾ ਰੱਖਣ ਵਾਲੇ ਰਿਸ਼ਤੇ ਆ ਜਿਹੜੇ ਦਾਦਾ ਦਾਦੀ ਨਾਨਾ ਨਾਨੀ, ਇਹਨਾਂ ਦਾ ਜ਼ਿਕਰ ਕੀਤਾ। ਫਿਰ ਜਿਵੇਂ ਮਾਤਾ ਪਿਤਾ, ਭੂਆ ਫੁੱਫੜ, ਮਾਸੀ ਮਾਸੜ, ਮਾਮਾ ਮਾਮੀ, ਇਹ ਰਿਸ਼ਤੇ ਦਿੱਤੇ ਆ ਨਾ। ਇਹ ਕੀ ਹੈ ਵੀ ਇਹਨਾਂ ਦਾਦਾ ਦਾਦੀ ਨਾਨਾ ਨਾਨੀ ਦੇ ਰਿਸ਼ਤਿਆਂ ਤੋਂ ਬਾਅਦ ਰੁਤਬਾ ਰੱਖਦੇ ਆ। ਮਾਨਸਿਕ ਸਮਾਜਿਕ ਪੱਖ ਤੋਂ ਸ਼੍ਰੋਮਣੀ ਰਿਸ਼ਤਾ ਭੈਣ ਭਰਾ ਦਾ ਦੱਸਿਆ ਹੈ ਨਾ, ਜੀਜਾ ਸਾਲੀ ਦੇ ਰਿਸ਼ਤੇ ਆ ਜਿਹੜੇ, ਇਹ ਕੁਝ ਰੋਮਾਂਟਿਕ ਕਿਸਮ ਦੇ ਰਿਸ਼ਤੇ ਹੈ ਨਾ। ਫਿਰ ਇੱਕ ਸ਼੍ਰੇਣੀਆਂ ਦੱਸੀਆਂ ਪੰਜਾਬੀ ਸਮਾਜ ਦੇ ਵਿੱਚ ਹੈ ਨਾ, ਇੱਕ ਕਿਸਾਨ ਅਤੇ ਇੱਕ ਕਾਸ਼ਤਕਾਰ। ਕਾਸ਼ਤਕਾਰ ਜਿਹੜੇ ਹੁੰਦੇ ਆ ਕਾਰੀਗਰ, ਜਿਹੜੇ ਸੰਦ ਵਗੈਰਾ ਤਿਆਰ ਕਰਦੇ ਆ ਹੈ ਨਾ, ਉਹ ਪਾਠ ਹੈ ਜਿਹੜਾ ਸਾਰਾ ਉਹ ਜ਼ਰੂਰ ਤੁਸੀਂ ਧਿਆਨ ਨਾਲ ਪੜ੍ਹਨਾ। ਤੁਹਾਨੂੰ ਲੱਗਦਾ ਹੋਊਗਾ ਵੀ ਕੁਛ ਨਹੀਂ ਗਾ, ਪਰ ਜਦੋਂ ਉੱਥੋਂ ਪ੍ਰਸ਼ਨ ਨਿਕਲਦਾ ਨਾ ਤਾਂ ਫਿਰ ਆਪਾਂ ਨੂੰ ਔਖਾ ਹੁੰਦੇ ਹਾਂ ਆਪਾਂ। ਆਓ ਫਿਰ ਕੁਝ ਗੱਲ ਕਰਦੇ ਹਾਂ ਹੋਰ। ਹਰ ਸੱਭਿਆਚਾਰ ਦੇ ਆਪਣੇ ਆਪਣੇ ਬਈ ਨਿਖੜਵੇਂ ਲੱਛਣ ਹੈ ਨਾ, ਨਿਖੜਵੇਂ ਵਿਲੱਖਣਤਾ ਹੈ ਵੀ ਹਰ ਜਿਹੜਾ ਸੱਭਿਆਚਾਰ ਹੈ ਉਹਦੇ ਆਪਣੇ ਕੁਝ ਯੂਨੀਕ ਗੁਣ ਹੈ, ਉਹਦੀਆਂ ਕੁਝ ਕੁਆਲਿਟੀਜ਼ ਹੈ ਨਾ, ਕੁਝ ਉਹਦੀ ਪਹਿਚਾਣ ਹੈ ਹਰ ਸੱਭਿਆਚਾਰ ਦੀ ਆਪਣੀ। ਇੱਕ ਤੁਸੀਂ ਧਿਆਨ ਰੱਖਣਾ, ਜਿੱਥੇ ਜਿੱਥੇ ਸਮਾਜ ਹੋਊਗਾ ਉੱਥੇ ਉੱਥੇ ਸੱਭਿਆਚਾਰ ਹੋਊਗਾ। ਸੱਭਿਆਚਾਰ ਵਾਸਤੇ ਹਿੰਦੀ ਵਿੱਚ ਸੰਸਕ੍ਰਿਤੀ ਸ਼ਬਦ ਆ ਜਿਹੜਾ ਉਹ ਆਪਾਂ ਚੁਣਦੇ ਹਾਂ, ਹਿੰਦੀ ਦੇ ਵਿੱਚ ਜਿਹੜਾ ਪੜ੍ਹਦੇ ਹਾਂ ਸੰਸਕ੍ਰਿਤੀ ਸ਼ਬਦ, ਪੰਜਾਬੀ ਦੇ ਵਿੱਚ ਉਹ ਸੱਭਿਆਚਾਰ ਹੁੰਦਾ। ਹੁਣ ਤੁਸੀਂ ਇੱਕ ਹੋਰ ਧਿਆਨ ਦੇ ਵਿੱਚ ਰੱਖਣਾ ਵੀ ਇਹ ਜਿਹੜਾ ਆਪਾਂ ਪੜ੍ਹ ਰਹੇ ਹਾਂ ਉਸ ਤੋਂ ਬਾਅਦ ਸੱਭਿਆਚਾਰ ਲੋਕ ਧਾਰਾ ਵਾਲਾ ਜਿਹੜਾ ਟੋਪਿਕ ਆ ਉਹ ਵੀ ਤੁਹਾਨੂੰ ਪੂਰਾ ਮਿਲ ਜੂਗਾ। ਸੱਭਿਆਚਾਰ ਲੋਕ ਧਾਰਾ ਦਾ ਅਰਥ, ਪ੍ਰਕਿਰਤੀ ਜੋ ਵੀ ਹੈ ਨਾ। ਹਰ ਸੱਭਿਆਚਾਰ ਦੇ ਆਪਣੇ ਆਪਣੇ ਵੀ ਲੱਛਣ ਹੁੰਦੇ ਆ, ਆਪਣੇ ਅਲੱਗ ਹੈ। ਪੰਜਾਬੀ ਸੱਭਿਆਚਾਰ ਦੇ ਅੱਡ ਹੈ, ਹਿੰਦੀ ਸੱਭਿਆਚਾਰ ਦੇ ਅੱਡ ਹੈ, ਫਲਾਣੇ ਮਰਾਠੀ ਸੱਭਿਆਚਾਰ ਉਹਨਾਂ ਦੇ ਅੱਡ ਹੈ ਜੀ, ਹੈ ਨਾ, ਅਲੱਗ ਅਲੱਗ ਸਿਸਟਮ ਹੈ। ਹਾਂ, ਹਰ ਖਿੱਤੇ ਜਾਂ ਖੇਤਰ ਦੀ ਭੂਗੋਲਿਕ ਸਥਿਤੀ ਅਤੇ ਸਮਾਜਿਕ ਵਾਤਾਵਰਣ, ਮਤਲਬ ਕੀ ਹੈ ਵੀ ਸੱਭਿਆਚਾਰ ਹੈ ਜਿਹੜਾ ਹਰ ਦੇਸ਼ ਦਾ ਹਰ ਸਮਾਜ ਦਾ ਅਲੱਗ ਅਲੱਗ ਕਿਉਂ? ਇਹਦੇ ਪਿੱਛੇ ਕਾਰਨ ਇੱਕ ਤਾਂ ਭੂਗੋਲਿਕ ਸਥਿਤੀ ਹੁੰਦੀ ਹੈ, ਦੂਸਰਾ ਸਮਾਜ ਦਾ ਵਾਤਾਵਰਣ ਜਿਹੜਾ। ਇਹ ਦੋ ਚੀਜ਼ਾਂ ਬਹੁਤ ਗਹਿਰਾ ਪ੍ਰਭਾਵ ਰੱਖਦੀਆਂ ਇੱਕ ਸੱਭਿਆਚਾਰ ਨੂੰ ਦੂਜੇ ਸੱਭਿਆਚਾਰ ਨਾਲੋਂ ਅਲੱਗ ਕਰਨ ਵਾਸਤੇ। ਪੰਜਾਬੀ ਸੱਭਿਆਚਾਰ ਦੀ ਕੁਛ ਵਿਲੱਖਣਤਾ ਦੇਖ ਲਓ, ਸੂਰਬੀਰਤਾ ਪੰਜਾਬੀਆਂ ਦੇ ਵਿੱਚ ਹਮੇਸ਼ਾ ਰਹੀ ਹੈ। ਤੁਸੀਂ ਦੇਖ ਲਓ ਆਪਣੇ ਜਿਹੜੀ ਫੌਜ 'ਚ ਭਰਤੀ ਹੁੰਦੀ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਸੈਂਟ ਜੇ ਮੈਂ ਆਖਾਂ ਤਾਂ ਉਹ ਪੰਜਾਬੀਆਂ ਦੀ ਹੈ, ਕਿਉਂਕਿ ਇਹਨਾਂ ਦੇ ਵਿੱਚ ਸੂਰਬੀਰਤਾ ਜਮਾਂਦਰੂ ਹੈ। ਭੂਗੋਲਿਕ ਸਥਿਤੀ ਇਸ ਤਰ੍ਹਾਂ ਦੀ ਹੈ, ਸਾਡੇ ਪੰਜਾਬ ਦੇ ਏਰੀਏ ਦੀ ਭੂਗੋਲਿਕ ਸਥਿਤੀ, ਜੀਓਗ੍ਰਾਫੀਕਲ ਜਿਹੜੀ ਸਟਰਕਚਰ ਆ ਉਹ ਐਵੇਂ ਦੀ ਹੈ ਵੀ ਉਹਦੇ ਵਿੱਚ ਜਿਹੜਾ ਵੀ ਕੋਈ ਬਾਹਰੋਂ ਵਿਦੇਸ਼ੀ ਹਮਲਾਵਰ ਆਊਗਾ ਤਾਂ ਉਹ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਦੀ ਪ੍ਰਵੇਸ਼ ਕਰੂਗਾ। ਮਤਲਬ ਕੀ ਆ ਵੀ ਭਾਰਤ ਦੇ ਉੱਪਰ ਜੇ ਕਿਸੇ ਵਿਦੇਸ਼ੀ ਹਮਲਾਵਰ ਨੇ ਅੱਜ ਤੱਕ ਹਮਲਾ ਕੀਤਾ
ਤਾਂ ਉਹਨੇ ਸਭ ਤੋਂ ਪਹਿਲਾਂ ਭਾਰਤ ਪੰਜਾਬ ਦੇ ਵਿੱਚੋਂ ਦੀ ਉਹਨੇ ਪ੍ਰਵੇਸ਼ ਕੀਤਾ। ਇਸ ਕਰਕੇ ਪੰਜਾਬ ਦੇ ਲੋਕ ਉਹਦੇ ਵਿਰੁੱਧ ਖੜ੍ਹੇ ਹੋਏ, ਹੈ ਨਾ। ਜਿਵੇਂ ਸਿਕੰਦਰ ਬਾਦਸ਼ਾਹ ਜਿਹੜਾ ਉਹ ਵੀ ਜਦੋਂ ਆਇਆ ਤਾਂ ਉਹ ਆ ਜਿਹੜਾ ਉਹ ਜਦੋਂ ਪੰਜਾਬ ਦੇ ਲੋਕਾਂ ਨੇ ਹੀ ਉਹਨੂੰ, ਪੰਜਾਬ ਦੇ ਜਿਹੜਾ ਰਾਜਾ ਸੀ ਉਸੇ ਨੇ ਹੀ ਉਹਨੂੰ ਰੋਕਿਆ ਸੀਗਾ। ਸੋ ਇਹ ਕੁਦਰਤੀ ਗੱਲ ਹੈ, ਸੁਭਾਵਿਕ ਹੈ। ਸੂਰਬੀਰਤਾ ਜਿਹੜੀ ਹੈਗੀ ਆ ਪੰਜਾਬੀਆਂ ਦੇ ਖੂਨ ਵਿੱਚ ਆ, ਉਹ ਕਿਹਾ ਜਾਂਦਾ ਇੱਕ ਅਖਾਣ ਕਿਹਾ ਜਾਂਦਾ ਹੈ, ਅਖੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਮੁਹਿੰਮ ਦਾ ਮਤਲਬ ਹੁੰਦਾ ਇੱਕ ਨਵਾਂ ਮਿਸ਼ਨ। ਪੰਜਾਬ ਦੇ ਜੰਮੇ ਲੋਕਾਂ ਨੂੰ ਰੋਜ਼ ਇੱਕ ਨਵੇਂ ਮਿਸ਼ਨ 'ਤੇ ਜਾਣਾ ਪੈਂਦਾ ਹੈ, ਮਤਲਬ ਇੱਕ ਨਵੀਂ ਕਠਿਨਾਈ, ਨਵੀਂ ਮੁਸੀਬਤ ਤੋਂ ਉੱਭਰਨ ਵਾਸਤੇ ਉਹਨਾਂ ਨੂੰ ਉਸ ਚੀਜ਼ ਨਾਲ ਲੜਨਾ ਪੈਂਦਾ। ਸੂਰਬੀਰਤਾ, ਪੁਰਾਣੇ ਸਮਿਆਂ ਤੋਂ ਹੀ ਹਮਲੇ ਹੋਏ, ਰਣ ਵਿੱਚ ਜੂਝਣਾ, ਹੁਣ ਆ ਗਈ ਜੀ ਅੱਗੇ ਦੇਸ਼ ਭਗਤੀ ਦਾ ਜਜ਼ਬਾ। ਜਿਹੜਾ ਫੌਜ ਵਿੱਚ ਭਰਤੀ ਹੋਣ ਦਾ ਮਸਲਾ, ਉਹ ਦੇਸ਼ ਭਗਤੀ ਦੇ ਜਜ਼ਬੇ ਦੇ ਵਿੱਚ ਆਉਂਦਾ। ਦੇਸ਼ ਭਗਤੀ ਹੈ ਜਿਹੜੀ ਉਹ ਪੰਜਾਬੀਆਂ 'ਚ ਕੁੱਟ ਕੁੱਟ ਕੇ ਭਰੀ ਹੋਈ ਹੈ ਜੀ। ਫੌਜ ਵਿੱਚ ਜ਼ਿਆਦਾ ਪ੍ਰਤੀਸ਼ਤ ਹੈ ਪੰਜਾਬੀਆਂ ਦਾ, ਆਪਣੀ ਭਾਰਤੀ ਫੌਜ ਵਿੱਚ ਦੇਖ ਲਓ ਤੁਸੀਂ। ਇਹ ਵਿਲੱਖਣਤਾ ਹੈ ਇਹਦੀ, ਇਹ ਕਿਸੇ ਹੋਰ ਸਮਾਜ ਦੇ ਵਿੱਚ ਹੋ ਸਕਦਾ ਇੱਕਾ ਦੁੱਕਾ ਚੀਜ਼ਾਂ ਮਿਲ ਜਾਣ, ਹੈ ਨਾ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਇਹਦੀ ਆਪਣੀ ਇੱਕ ਵਿਲੱਖਣਤਾ ਹੈ ਪੰਜਾਬੀ ਸਮਾਜ, ਪੰਜਾਬੀ ਸੱਭਿਆਚਾਰ ਦੀ। ਅਣਖ, ਅਣਖ ਹੈ ਜਿਹੜੀ, ਦੇਖ ਲਓ ਕਿਵੇਂ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਪਸਰੀ ਹੋਈ ਹੈ। ਹਰ ਬੰਦਾ ਅਣਖੀ ਕਹਿੰਦੇ ਹੈ ਨਾ ਵੀ ਅਣਖ ਨਾਲ ਜੀਣਾ, ਹੈ ਨਾ। ਅਣਖ ਨਾਲ ਜੀਣਾ ਦਾ ਮਤਲਬ ਹੁੰਦਾ ਹੈ ਆਪਣੇ ਸਿਰ ਬਸਿਰ ਜੂਣਾ ਜੀਣਾ, ਕਿਸੇ ਦੇ ਉੱਪਰ ਡਿਪੈਂਡ ਨਹੀਂ ਹੋਣਾ, ਕਿਸੇ ਦੇ ਥੱਲੇ ਨਹੀਂ ਲੱਗਣਾ, ਜਿਹਨੂੰ ਆਪਾਂ ਕਹਿ ਦਿੰਦੇ ਮੁਹਾਵਰੇਦਾਰ ਭਾਸ਼ਾ 'ਚ। ਜਿਵੇਂ ਨਾ ਗੁਰਬਖਸ਼ ਸਿੰਘ ਫਰੈਂਕ ਨੇ ਨਾ ਅਣਖ ਦੀ ਜਦੋਂ ਗੱਲ ਕੀਤੀ, ਗੁਰਬਖਸ਼ ਸਿੰਘ ਫਰੈਂਕ ਹੈ ਜਿਹੜਾ ਪ੍ਰਸਿੱਧ ਲੋਕ ਧਾਰਾ ਸ਼ਾਸਤਰੀ ਹੈ, ਗੁਰਬਖਸ਼ ਸਿੰਘ ਫਰੈਂਕ ਜਦੋਂ ਗੱਲ ਕਰਦਾ ਅਣਖ ਬਾਰੇ, ਤਾਂ ਉਦੋਂ ਉਹ ਉਦਾਹਰਣ ਬਾਬੇ ਸ਼ੇਖ ਫਰੀਦ ਦੇ ਇੱਕ ਸਲੋਕ ਤੋਂ ਲੈਂਦਾ। ਉਹ ਕਹਿੰਦਾ ਵੀ ਬਾਬੇ ਸ਼ੇਖ ਫਰੀਦ ਨੇ ਇੱਕ ਸਲੋਕ ਹੈ, ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝਾ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰ ਔਲੇ। ਇਹਦਾ ਮਤਲਬ ਇਹ ਬਣਦਾ ਹੈ, ਬਾਰ ਪਰਾਇਆ ਬੈਸਣਾ, ਪਰਾਏ ਬੂਹੇ 'ਤੇ ਬੈਠਣਾ ਸਾਈਂ ਮੁਝਾ ਨਾ ਦੇ, ਹੇ ਪਰਮਾਤਮਾ ਮੈਨੂੰ ਨਾ ਦੇਈ ਕਿਤੇ ਇਹੋ ਜਿਹੀ ਜ਼ਿੰਦਗੀ ਵੀ ਮੈਨੂੰ ਪਰਾਏ ਦਾ ਆਸਰਾ ਲੈਣਾ ਪਵੇ, ਕਿਸੇ ਪਰਾਏ ਦੇ ਦਰਵਾਜ਼ੇ 'ਤੇ ਜਾ ਕੇ। ਬਾਰ ਦਰਵਾਜ਼ੇ ਨੂੰ ਕਹਿੰਦੇ ਆ। ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰ ਔਲੇ, ਜੇ ਤੂੰ ਐਵੇਂ ਰੱਖਣਾ ਮੈਨੂੰ ਕਿਸੇ ਦੇ ਆਸਰੇ, ਕਿਸੇ ਦੇ ਗੁਲਾਮੀ ਦੇ ਵਿੱਚ ਰੱਖਣਾ, ਤਾਂ ਮੇਰੀ ਜੀਓ ਆਤਮਾ ਸਰੀਰ ਦੇ ਵਿੱਚੋਂ ਕੱਢ ਲੈ, ਭਾਵ ਇਸ ਤੋਂ ਚੰਗਾ ਮੈਂ ਮਰਿਆ ਚੰਗਾ। ਇਹ ਪੰਜਾਬੀਆਂ ਦੇ ਸੁਭਾਅ ਵਿੱਚ ਸ਼ੁਰੂ ਤੋਂ ਹੀ ਹੈ। ਮਤਲਬ ਕੀ ਹੈ, ਜਿਵੇਂ ਇੱਕ ਲੋਕ ਗੀਤ ਵੀ ਹੈ, ਲੋਕ ਗੀਤ ਵਿੱਚ ਲਿਖਿਆ ਹੁੰਦਾ ਆਉਂਦਾ ਵੀ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ, ਵੀ ਦੋ ਪੈਰ ਘੱਟ ਤੁਰ ਲੈਣ ਪੰਜਾਬੀ ਲੋਕ ਭਾਵੇਂ, ਪਰ ਤੁਰਨਗੇ ਮਟਕ ਦੇ ਨਾਲ ਹੀ, ਹੈ ਆਪਣੀ ਚਾਲ 'ਚ ਫਰਕ ਨਹੀਂ ਪੈਣ ਦੇਣਗੇ। ਇਹ ਹੁੰਦੀ ਆ ਅਣਖ। ਅਣਖ ਵਾਲੀ ਸਥਿਤੀ ਹੈ ਜਿਹੜੀ, ਉਹ ਸਾਡੇ ਸੂਫੀ ਕਵੀਆਂ ਨੇ ਵੀ ਦੱਸੀ ਹੈ ਅਤੇ ਲੋਕ ਗੀਤਾਂ ਦੇ ਵਿੱਚ ਵੀ ਹੈ। ਸੂਫੀ ਕਵੀ ਦਾ ਉਦਾਹਰਣ ਬਾਬੇ ਸ਼ੇਖ ਫਰੀਦ ਦਾ ਗੁਰਬਖਸ਼ ਸਿੰਘ ਫਰੈਂਕ ਨੇ ਦਿੱਤਾ। ਬਰਾਬਰੀ ਦੇਖੋ ਕਿਵੇਂ ਹੈ, ਔਰਤ ਅਤੇ ਮਰਦ ਦੀ ਬਰਾਬਰੀ, ਇਹ ਪੰਜਾਬੀ ਸਮਾਜ ਦੇ ਵਿੱਚ ਹੈ। ਇਸ ਗੱਲ ਨੂੰ ਤਾਂ ਤੁਸੀਂ ਮੰਨੋ, ਕਿਉਂਕਿ ਇਹ ਫੁੱਲ ਐਂਡ ਫਾਈਨਲ ਹੈ। ਕਿਵੇਂ ਹੈ, ਕਿਉਂਕਿ ਜਦੋਂ ਜਿਨ੍ਹਾਂ ਸਮਿਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਮੇਂ, 15ਵੀਂ ਸਦੀ ਦੀ ਮੈਂ ਗੱਲ ਕਰ ਰਿਹਾ, 15ਵੀਂ 16ਵੀਂ ਸਦੀ ਦੇ ਵਿੱਚ ਔਰਤ ਦੀ ਸਥਿਤੀ ਬਹੁਤ ਹੀ ਖਰਾਬ ਸੀ, ਬਹੁਤ ਬੁਰੀ ਸਥਿਤੀ ਸੀ। ਔਰਤ ਨੂੰ ਘਰ ਦੀ ਚਾਰ ਦੀਵਾਰੀ ਦੇ ਵਿੱਚ ਕੈਦ ਰੱਖਿਆ ਜਾਂਦਾ ਸੀ, ਪੜ੍ਹਨ ਲਿਖਣ ਦੀ ਇਜਾਜ਼ਤ ਨਹੀਂ ਸੀ, ਉਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਇਤਿਹਾਸ ਪੜ੍ਹ ਲਓ ਚਾਹੇ ਤੁਸੀਂ। ਗੁਰੂ ਨਾਨਕ ਦੇਵ ਜੀ ਜਦੋਂ ਸਮਾਜ ਦੇ ਵਿੱਚ ਆਉਂਦੇ ਆ ਤਾਂ ਉਹ ਇੱਕ ਨਾਰਾ ਲਗਾਉਂਦੇ, ਤੁਹਾਨੂੰ ਪਤਾ ਹੀ ਹੈ, ਆਸਾ ਦੀ ਵਾਰ ਵਿੱਚ ਵੀ ਆਪਾਂ ਪੜ੍ਹਦੇ ਹਾਂ, ਹੈ ਨਾ। ਆਸਾ ਦੀ ਵਾਰ ਦੇ ਵਿੱਚ ਆਪਾਂ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਆਸਾ ਦੀ ਵਾਰ, ਉਹਦੇ ਵਿੱਚ ਆਉਂਦਾ ਹੈ ਕਿ ਇਹ ਔਰਤ ਹੈ ਜਿਹੜੀ, ਇਹ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ, ਜਿਹੜੀ ਰਾਜਿਆਂ ਨੂੰ ਜਨਮ ਦਿੰਦੀ ਹੈ ਉਹ ਕਦੇ ਵੀ ਮੰਦੀ ਮਾੜੀ ਉਸਨੂੰ ਕਦੇ ਨਹੀਂ ਕਹਿਣਾ ਚਾਹੀਦਾ, ਉਹ ਕਦੇ ਵੀ ਬੁਰੀ ਨਹੀਂ ਹੋ ਸਕਦੀ, ਕਿਉਂਕਿ ਰਾਜੇ ਕਿਹੜਾ ਉੱਤੋਂ ਡਿੱਗਦੇ ਆ, ਰਾਜੇ ਵੀ ਤਾਂ ਔਰਤ ਦੇ ਪੇਟੋਂ ਹੀ ਜਨਮ ਲੈਂਦੇ ਆ।
ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਬਰਾਬਰੀ ਦੀ ਗੱਲ ਕੀਤੀ। ਛੂਤਛਾਤ, ਇਹ ਜਿਹੜਾ ਛੂਤਛਾਤ ਵਾਲਾ ਜਿਹੜਾ ਸੀਗਾ ਚੱਕਰ, ਇਹ ਜਿਹੜੀ ਬਹੁਤ ਵੱਡੀ ਬਿਮਾਰੀ ਸੀ ਸਮਾਜ ਦੇ ਵਿੱਚ, ਇਹਨੂੰ ਵੀ ਪੰਜਾਬੀ ਸਮਾਜ ਦੇ ਵਿੱਚ ਕਿਵੇਂ ਤਰੀਕੇ ਨਾਲ ਵੇਖੋ ਖਤਮ ਕੀਤਾ ਗਿਆ। ਸਿੱਖ ਗੁਰੂਆਂ ਨੇ ਸੰਗਤ ਅਤੇ ਪੰਗਤ ਦੀ ਸਿੱਖਿਆ ਦਿੱਤੀ, ਹੈ ਨਾ, ਸਾਰੇ ਉਪਦੇਸ਼ ਲੈਣਗੇ ਤਾਂ ਸੰਗਤ ਇੱਕ ਸਮਾਨ ਬੈਠਣਗੇ ਅਤੇ ਲੰਗਰ ਛਕਣਗੇ, ਜਦੋਂ ਪ੍ਰਸ਼ਾਦਾ ਛਕਣਗੇ ਤਾਂ ਉਹ ਇੱਕ ਪੂਰੀ ਪੰਕਤੀ ਵਿੱਚ। ਬਾਦਸ਼ਾਹ ਅਕਬਰ ਇੱਕ ਵਾਰ ਗੁਰੂ ਜੀ ਨੂੰ ਮਿਲਣ ਆਇਆ ਸੀਗਾ, ਗੁਰੂ ਸਾਹਿਬ ਜੀ ਨੂੰ ਮਿਲਣ ਆ ਗਿਆ, ਮੈਨੂੰ ਧਿਆਨ ਨਹੀਂ, ਗੁਰੂ ਰਾਮਦਾਸ ਜੀ ਨੂੰ ਮਿਲਣ ਆਇਆ ਸੀ ਸ਼ਾਇਦ, ਮੈਂ ਸ਼ਿਓਰ ਨਹੀਂ ਗਾ ਵੀ ਗੁਰੂ ਅਮਰਦਾਸ ਜੀ ਨੂੰ ਕਿ ਗੁਰੂ ਰਾਮਦਾਸ ਜੀ ਨੂੰ, ਗੁਰੂ ਰਾਮਦਾਸ ਜੀ ਨੂੰ, ਹਾਂ, ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਇਆ। ਕਹਿੰਦਾ ਜੀ ਮੈਂ ਦਰਸ਼ਨ ਕਰਨੇ ਆ, ਇਤਿਹਾਸ ਦੇ ਵਿੱਚ ਆਉਂਦੀਆਂ ਇਹ ਗੱਲਾਂ, ਕਿਉਂਕਿ ਆਪਾਂ ਪੰਜਾਬ ਦਾ ਇਤਿਹਾਸ ਨਹੀਂ ਨਾ ਪੜ੍ਹਦੇ, ਫਿਰ ਆਪਾਂ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ, ਹੈ ਨਾ। ਹਾਂ, ਕਹਿੰਦਾ ਜੀ ਮੈਂ ਮਿਲਣਾ, ਬੜੀ ਸ਼ਖਸੀਅਤ ਆ, ਬੜਾ ਨਾਮ ਸੁਣਿਆ, ਕਹਿੰਦੇ ਜੀ ਬੜੀ ਮਤਲਬ ਪ੍ਰਸਿੱਧੀ ਬਹੁਤ ਹੈ। ਕਹਿੰਦੇ ਜੀ ਠੀਕ ਹੈ, ਅਸੀਂ ਮਿਲ ਲਾਂਗੇ, ਪਰ ਸਭ ਤੋਂ ਪਹਿਲਾਂ ਪ੍ਰਸ਼ਾਦਾ ਛੱਕ ਕੇ ਆਓ ਲੰਗਰ ਦੇ ਵਿੱਚ ਬੈਠ ਕੇ। ਤਾਂ ਇਹ ਇਤਿਹਾਸ ਦੇ ਵਿੱਚ ਆਉਂਦਾ ਵੀ ਉਹਨਾਂ ਨੇ ਲੰਗਰ ਦੇ ਵਿੱਚ ਬੈਠ ਕੇ ਸਮਾਨ, ਇੱਕ ਸਮਾਨ ਬਾਦਸ਼ਾਹ ਅਕਬਰ ਨੇ ਪ੍ਰਸ਼ਾਦਾ ਛਕਿਆ ਸੀਗਾ। ਇਤਿਹਾਸਕਾਰ ਇਹ ਗੱਲ ਲਿਖਦੇ ਆ, ਇਹ ਕੋਈ ਇਤਿਹਾਸਕ ਨਹੀਂ ਗਾ, ਬਾਹਲੀਆਂ ਪੁਰਾਣੀਆਂ ਗੱਲਾਂ ਨਹੀਂ ਗੀਆਂ, ਆਹ ਦੇਖ ਲਓ 16ਵੀਂ ਸਦੀ ਦੀ ਗੱਲ ਹੀ ਆ, ਹੈ ਨਾ, ਜ਼ਿਆਦਾ ਪੁਰਾਣੀਆਂ ਨਹੀਂ ਆ। ਉਦੋਂ ਤਾਂ ਇਤਿਹਾਸਕਾਰ ਵਧੀਆ ਇਤਿਹਾਸ ਲਿਖਦੇ ਸੀ, ਉਦੋਂ ਤਾਂ ਕੋਈ ਦਿੱਕਤ ਨਹੀਂ ਸੀ, ਹੈ। ਪਿਆਰ ਦੀ ਭੁੱਖ, ਪਿਆਰ ਨਾਲ ਇਹ ਗੁਲਾਮੀ ਵੀ ਕਰ ਲੈਂਦੇ ਆ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਨਾ ਵੀ ਪਿਆਰ ਨਾਲ ਇਹ ਪਾਰ, ਪਿਆਰ ਨਾਲ ਇਹ ਕਰਨ ਗੁਲਾਮੀ, ਪਰ ਟੈ ਨਾ ਮੰਨਣ ਕਿਸੇ ਦੀ, ਪਰ ਕਿਸੇ ਦੀ ਟੈ ਨਹੀਂ ਚੱਲਦੇ। ਮਤਲਬ ਜੇ ਕੋਈ ਐਵੇਂ ਮਤਲਬ ਕਰੀ ਜਾਵੇ, ਆਪਣਾ ਰੋਭ ਮਾਰੀ ਜਾਵੇ, ਹੈ ਨਾ, ਉਹ ਨਹੀਂ ਚੱਲਦੇ ਗੇ, ਬਸ ਪਿਆਰ ਨਾਲ। ਹੱਡ ਭੰਨਵੀਂ ਮਿਹਨਤ ਕਰਦੇ ਆ ਮੰਗ ਕੇ ਖਾਣ ਨਾਲੋਂ, ਕਹਿੰਦੇ ਮਰ ਜਾਣਾ ਚੰਗਾ ਹੈ। ਇਹ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ, ਹੱਡ ਭੰਨਵੀਂ ਭੰਨ ਕੇ ਹੱਡ ਤੋੜ ਮਿਹਨਤ ਕਰਨੀ, ਆਪਣੇ ਬਜ਼ੁਰਗਾਂ ਤੋਂ, ਪੜਦਾਦਿਆਂ ਤੋਂ, ਗਾਂ ਮਤਲਬ ਪੜਦਾਦਿਆਂ ਤੋਂ ਹੀ ਜ਼ਿਆਦਾਤਰ ਮੰਨ। ਹਾਲਾਂਕਿ ਪੜਦਾਦਿਆਂ ਤੋਂ ਤਾਂ ਆਪਾਂ ਕੀ ਪੁੱਛਣਾ, ਕਿਉਂਕਿ ਪੜਦਾਦੇ ਤਾਂ ਕਿਸੇ ਵਿਰਲੇ ਦਾ ਹੀ ਹੋ ਸਕਦਾ, ਜਿੰਦਾ ਹੋਵੇ ਕਿਸੇ ਦਾ, ਪਰ ਆਪਣੀ ਉਮਰ 'ਚ ਜਦੋਂ ਆਉਂਦੇ ਆਪਾਂ, ਜਿਵੇਂ ਆਪਾਂ ਆਪਣੀ ਅਵਸਥਾ ਦੇ ਵਿੱਚ ਆ, ਤਾਂ ਆਪਣੇ ਤਾਂ ਕਈ ਵਾਰੀ ਹੋ ਸਕਦਾ ਦਾਦਾ ਵੀ ਨਾ ਹੋਵੇ, ਹੈ ਨਾ, ਇਸ ਦੁਨੀਆ 'ਤੇ। ਪੁਰਾਣੇ ਲੋਕ ਜੇ ਆਪਾਂ ਉਹਨਾਂ ਨੂੰ ਪੁੱਛੀਏ ਤਾਂ ਇਹ ਗੰਗਾਨਗਰ ਦਾ ਏਰੀਆ, ਹਨੂੰਮਾਨਗੜ੍ਹ ਦਾ ਏਰੀਆ ਪੂਰਾ ਟਿੱਬੇ ਹੁੰਦੇ ਸੀਗੇ। ਜਦੋਂ ਕਹਿ ਲਓ ਤੁਸੀਂ 1984 ਕਹਿ ਲਓ ਜਾਂ ਉਸ ਤੋਂ ਪਹਿਲਾਂ, ਜਿਵੇਂ ਜਿਵੇਂ ਪੰਜਾਬ ਦੇ ਹਾਲਾਤ ਥੋੜ੍ਹਾ ਹੁੰਦੇ ਸੀਗੇ, ਥੋੜ੍ਹੇ ਜਿਹੇ ਨਾਜ਼ੁਕ ਹੋ ਜਾਂਦੇ ਸੀਗੇ, ਹੈ ਨਾ, ਕਦੀ ਵਾਰੀ ਐਮਰਜੈਂਸੀ ਲਾਗੂ ਹੋ ਜਾਣੀ, ਕਦੀ ਕੁਛ ਹੋ ਜਾਣਾ, ਫਿਰ ਉਸ ਤੋਂ ਬਾਅਦ ਸਾਕਾ ਨੀਲਾ ਤਾਰਾ, ਓਪਰੇਸ਼ਨ ਬਲੂ ਸਟਾਰ ਜਿਹੜਾ ਹੋਇਆ, ਹੈ ਨਾ। ਤਾਂ ਇਹ ਆ ਜਿਹੜੀਆਂ ਚੀਜ਼ਾਂ, ਇਹਨਾਂ ਦਾ ਕਰਕੇ ਪੰਜਾਬੀ ਲੋਕ ਆ ਜਿਹੜੇ ਉਹ ਗੰਗਾਨਗਰ ਹਨੂੰਮਾਨਗੜ੍ਹ ਦੇ ਵਿੱਚ ਆ ਕੇ ਵਸੇ ਬਹੁਤ ਸਾਰੇ ਐਵੇਂ। ਤਾਂ ਉਹਨਾਂ ਨੇ ਦੇਖ ਲਓ ਇੱਥੇ ਟਿੱਬੇ ਟਿੱਬੇ ਹੁੰਦੇ ਸੀ, ਸਾਰੇ ਢਾਹ ਕੇ ਮੈਦਾਨ ਕਰਦੇ ਕਿ ਨਹੀਂ, ਐਂ ਸਪਾਟ ਕਰਦੇ। ਇਹਨਾਂ ਇੱਥੋਂ ਪਤਾ ਲੱਗਦਾ ਵੀ ਇਹ ਹੱਡ ਭੰਨਵੀਂ ਮਿਹਨਤ ਕਰਦੇ ਆ, ਪ੍ਰਾਹੁਣਾਚਾਰੀ, ਮਹਿਮਾਨਵਾਜੀ ਕੋਈ ਪੰਜਾਬੀਆਂ ਤੋਂ ਸਿੱਖੀ, ਹੈ ਨਾ। ਮੰਨ ਲਓ ਕੋਈ ਪਹਿਲਾਂ ਸਮਿਆਂ ਦੇ ਵਿੱਚ, ਹੁਣ ਤਾਂ ਚਲੋ ਲੋਕ ਆਪਣੇ ਆਪ ਦੇ ਵਿੱਚ ਹੀ ਹੋ ਗਏ, ਆਪਣੇ ਆਪ ਤੱਕ ਸੀਮਿਤ ਰਹਿ ਗਏ, ਪਰ ਪਹਿਲਾਂ ਕੀ ਹੁੰਦਾ ਸੀਗਾ, ਥੋੜ੍ਹਾ ਜਿਹਾ ਜੇ ਆਪਾਂ ਥੋੜ੍ਹਾ ਪਿੱਛੇ ਜਾਈਏ, ਜ਼ਿਆਦਾ ਨਹੀਂ, ਆਹ 10-15 ਸਾਲ ਹੀ ਪਿੱਛੇ ਚੱਲ ਜਾਓ ਤੁਸੀਂ, 20 ਸਾਲ ਹੀ ਪਿੱਛੇ, ਪਿੰਡ ਦੇ ਵਿੱਚ, ਮੰਨ ਲਓ ਪਿੰਡ ਦੇ ਵਿੱਚ ਕਿਸੇ ਦੇ ਘਰ ਦਾ ਜਵਾਈ ਭਾਈ ਆ ਜਾਣਾ, ਜਵਾਈ ਪ੍ਰਾਹੁਣਾ ਆ ਜਾਣਾ, ਤਾਂ ਉਹਨਾਂ ਉਸ ਨੂੰ ਮਤਲਬ ਸਾਰੇ ਪਿੰਡ ਦੇ ਹੀ ਮਤਲਬ ਉਹਦਾ ਸਤਿਕਾਰ ਕਰ ਦਿੰਦੇ ਸੀ ਵੀ ਪਿੰਡ ਦਾ ਜਵਾਈ ਆਇਆ ਜੀ ਸਾਡੇ ਨਾਲ। ਹੁਣ ਥੋੜ੍ਹੇ ਜਿਹੇ ਲੋਕ ਇਸ ਗੱਲੋਂ ਸੀਮਿਤ ਹੋ ਗਏ, ਚਲੋ ਠੀਕ ਹੈ। ਪੰਜਾਬੀ ਸੱਭਿਆਚਾਰ ਦੀ ਨਿਖੜਵੀਂ ਅਤੇ ਵਿਲੱਖਣ ਹੋਂਦ ਆ ਜਿਹੜੀ, ਉਹ ਸਕਾਰ ਕਰਨ ਦੇ ਵਿੱਚ ਇਸ ਦੀਆਂ ਭੂਗੋਲਿਕ ਹੱਦਾਂ, ਇਹਦਾ ਜਿਹੜੀ ਸੀਮਾ ਨਿਰਧਾਰਿਤ ਕੀਤੀ ਗਈ ਹੈ, ਭੂਗੋਲਿਕ ਸੀਮਾ, ਇਹਦਾ ਬਹੁਤ ਵੱਡਾ ਯੋਗਦਾਨ ਹੈ। ਦੂਸਰਾ, ਇਤਿਹਾਸਕ ਪਿਛੋਕੜ, ਪਿਛੋਕੜ ਬੈਕਗਰਾਊਂਡ, ਇਹਦਾ ਪਿਛੋਕੜ ਹੈ ਜਿਹੜਾ, ਇਹਦਾ ਬੈਕਗਰਾਊਂਡ ਹੈ, ਇਤਿਹਾਸਕ ਬੈਕਗਰਾਊਂਡ ਹੈ, ਉਹ ਬਹੁਤ ਹੀ ਸ਼ਾਨਦਾਰ ਹੈ।
ਉਹ ਇੱਕ ਕਹਿ ਲਓ ਤੁਸੀਂ ਵੀ ਇੱਕ ਦਮਦਾਰ ਹੈ ਪੂਰਾ, ਜਿਹਦੇ ਵਿੱਚ ਦੇਖੋ ਜਿਹਦੇ ਵਿੱਚ ਦੇਸ਼ ਭਗਤੀ, ਸੂਰਬੀਰਤਾ, ਅਣਖ, ਇਹ ਸਾਰੀਆਂ ਗੱਲਾਂ ਉਦੋਂ ਤੋਂ ਹੀ ਚੱਲੀਆਂ ਆ ਰਹੀਆਂ ਨੇ। ਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਪਛਾਣ ਚਿੰਨ੍ਹ ਕੁਝ ਦੇਖ ਲਓ, ਜਿਵੇਂ ਕਦਰਾਂ ਕੀਮਤਾਂ ਰਸਮੋਂ ਰਿਵਾਜ਼ 'ਚ ਕੀ ਹੁੰਦੇ ਆ, ਆ ਕੁਝ ਨਿਖੜਵੇਂ ਪਛਾਣ ਚਿੰਨ੍ਹ ਹੁੰਦੇ ਆ, ਕੁਝ ਕਦਰਾਂ ਕੀਮਤਾਂ, ਨੈਤਿਕ ਮੁੱਲ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਨੈਤਿਕਤਾ ਹੁੰਦੀ ਹੈ ਨਾ, ਚੰਗੇ ਗੁਣ ਧਾਰਨ ਕਰਨੇ, ਨੈਤਿਕਤਾ ਦੇ ਦਰਮਿਆਨ ਆਉਂਦੇ ਆ। ਕਦਰਾਂ ਕੀਮਤਾਂ ਅਤੇ ਰਸਮ ਰਿਵਾਜ਼ ਕਿਵੇਂ, ਉਹ ਸਮਾਜਿਕ ਮੁੱਲ ਜਿਹੜੇ ਸਮਾਜਿਕ ਲੋੜ ਨੂੰ ਪੂਰਾ ਕਰਨ ਵਾਸਤੇ ਬਣੇ ਹੋਣ ਅਤੇ ਜਨ ਸਮੂਹ ਵੱਲੋਂ ਪ੍ਰਵਾਨਗੀ ਪ੍ਰਾਪਤ ਹੋਣ, ਉਹਨਾਂ ਨੂੰ ਕਿਹਾ ਜਾਂਦਾ ਹੈ ਕਦਰਾਂ ਕੀਮਤਾਂ ਅਤੇ ਰਸਮੋਂ ਰਿਵਾਜ਼। ਸਮਾਜਿਕ ਮੁੱਲਾਂ ਦੇ ਪੱਖ ਹੇਠ ਲਿਖੇ ਆ ਬਾਈ, ਲੋਕਾਚਾਰ ਸਦਾਚਾਰ ਕਿਵੇਂ, ਲੋਕਾਚਾਰ ਕੀ ਹੁੰਦੇ ਆ, ਰਵਾਇਤੀ ਨਿਯਮ ਹੁੰਦੇ ਆ ਜੋ ਲੋਕ ਵਿਖਾਵੇ ਜਾਂ ਲੋਕ ਚਰਚਾ ਤੋਂ ਬਚਣ ਲਈ ਪੂਰੇ ਕੀਤੇ ਜਾਂਦੇ ਆ, ਉਹਨਾਂ ਨੂੰ ਤਾਂ ਲੋਕਾਚਾਰ ਕਹਿੰਦੇ ਆ। ਅੱਗੇ ਸਦਾਚਾਰ, ਇਹ ਸਮਾਜ ਵੱਲੋਂ ਪ੍ਰਵਾਨਿਤ ਆਦਰਸ਼ ਮੁੱਲ ਹੁੰਦੇ ਆ, ਲੋਕਾਚਾਰ ਰਸਮ ਰਿਵਾਜ਼ ਹਨ ਅਤੇ ਸਦਾਚਾਰ ਸਮਾਜਿਕ ਕਦਰਾਂ ਕੀਮਤਾਂ ਦੇ ਰੂਪ ਵਿੱਚ ਪ੍ਰਚਲਿਤ ਸਮਾਜਿਕ ਮੁੱਲ ਹਨ। ਲੋਕਾਚਾਰ ਅਤੇ ਸਦਾਚਾਰ ਦੀ ਗੱਲ ਕੀਤੀ, ਸ਼ਬਦਾਵਲੀ ਥੋੜ੍ਹੀ ਜਿਹੀ ਔਖੀ ਹੈ ਇਹਦੀ, ਲੋਕਧਾਰਾ ਵਾਲੇ ਦੀ ਜਾਂ ਲੋਕ ਸਾਹਿਤ ਵਾਲਾ ਆਪਾਂ ਪੜ੍ਹਦੇ, ਪਰ ਥੋੜ੍ਹਾ ਇਹ ਸਮਝ ਲਿਓ ਤੁਸੀਂ ਇਸ ਗੱਲ ਨੂੰ। ਹਾਂ, ਤਾਬੂ ਇੱਕ ਹੁੰਦਾ, ਤਾਬੂ ਇੱਕ ਹੁੰਦਾ ਟੋਟਮ, ਦੋ ਚੀਜ਼ਾਂ ਪੜ੍ਹਦੇ ਹਾਂ ਆਪਾਂ। ਤਾਬੂ ਤੁਸੀਂ ਦੇਖ ਲਓ ਵੀ ਕੀ ਚੀਜ਼ ਹੈ, ਹਰ ਸਮਾਜ ਦੇ ਵਿੱਚ ਸਾਂਝੇ ਹੁੰਦੇ ਆ ਜੀ ਕੁਝ ਸਮਾਜਿਕ ਨਿਯਮ ਹੁੰਦੇ ਆ, ਉਹਨਾਂ ਨੂੰ ਤਾਬੂ ਕਿਹਾ ਜਾਂਦਾ, ਮਤਲਬ ਇੱਕ ਸ਼ਬਦ ਹੈ, ਇਹ ਹੋਰ ਕੁਛ ਨਹੀਂ ਗਾ, ਇਹਦਾ ਇਹਦਾ ਸ਼ਾਬਦਿਕ ਅਰਥ ਸਮਾਜਿਕ ਨਿਯਮ ਬਣਦਾ। ਤਾਬੂ ਸ਼ਬਦ ਹੈ ਜਿਹੜਾ ਪੋਲੀਨੇਸ਼ੀਆ ਤੋਂ ਉਧਾਰਾ ਲਿਆ ਗਿਆ ਹੈ, ਸਮਾਜ ਵਿਗਿਆਨ ਦੇ ਵਿੱਚ ਵਰਤਿਆ ਜਾਂਦਾ। ਜਿਵੇਂ ਤਾਬੂ ਕਿਹਨੂੰ ਕਿਹਾ ਜਾਂਦਾ, ਜਿਵੇਂ ਆਪਣੇ ਸਮਾਜ ਦੇ ਵਿੱਚ ਪਤੀ ਪਤਨੀ ਦਾ ਆਪਸੀ ਸੰਬੰਧ ਹੈ ਜਿਹੜਾ, ਉਸ ਨੂੰ ਬੜਾ ਮਤਲਬ ਪਾਵਨ ਪਵਿੱਤਰ ਮੰਨਿਆ ਜਾਂਦਾ। ਜੇ ਮੰਨ ਲਓ ਪਤੀ ਜਾਂ ਪਤਨੀ ਦੋਨਾਂ ਦੇ ਵਿੱਚੋਂ ਕੋਈ ਕਿਸੇ ਦਾ ਰਿਲੇਸ਼ਨ ਕਿਸੇ ਮੰਨ ਲਓ ਅਦਰ ਕਿਸੇ ਥਰਡ ਪਰਸਨ ਨਾਲ ਹੋ ਜਾਵੇ ਤਾਂ ਉਸ ਸਥਿਤੀ ਨੂੰ ਕਿਹਾ ਜਾਂਦਾ ਤਾਬੂ, ਜੋ ਵਰਜਿਤ ਹੈ, ਉਹ ਸਮਾਜਿਕ ਨਿਯਮ ਹੈ ਵੀ ਉਹ ਵਰਜਿਤ ਆ, ਉਹ ਨਹੀਂ ਹੋਣਾ ਚਾਹੀਦਾ। ਜਿਵੇਂ ਮਨੁੱਖ ਵੱਲੋਂ ਮਨੁੱਖ ਦਾ ਮਾਸ ਖਾਣਾ, ਇਹ ਨਹੀਂ ਹੈ, ਇਹ ਤਾਬੂ ਦੇ ਅਧੀਨ ਆਉਂਦੇ ਆ। ਤਾਬੂ ਦੇ ਵਿੱਚ ਕਿਹੜੇ ਨਿਯਮ ਆਉਂਦੇ ਆ ਸਾਡੇ ਸਮਾਜ ਦੇ ਵਿੱਚ, ਤਾਬੂ ਕਿਹਨਾਂ ਨਿਯਮਾਂ ਨੂੰ ਕਿਹਾ ਜਾਂਦਾ, ਜਿਹੜੇ ਨਿਯਮ ਨਿਰਧਾਰਿਤ ਕੀਤੇ ਗਏ ਆ ਸਮਾਜ ਵੱਲੋਂ ਵੀ ਇਹ ਵਰਜਿਤ ਆ, ਇਹ ਨਿਸ਼ੇਧ ਆ, ਵੀ ਇਹ ਤੁਸੀਂ ਨਹੀਂ ਕਿਸੇ ਵੀ ਹਾਲਤ ਦੇ ਵਿੱਚ ਇਹ ਨਿਯਮ ਤੁਸੀਂ ਤੋੜ ਨਹੀਂ ਸਕਦੇ, ਉਹਨਾਂ ਨੂੰ ਕਿਹਾ ਜਾਂਦਾ ਤਾਬੂ, ਪੱਕੇ ਨਿਯਮ ਆ, ਫਿਕਸ ਆ, ਪਤੀ ਪਤਨੀ ਤੋਂ ਬਿਨਾਂ ਕੋਈ ਹੋਰ ਸੰਬੰਧ ਨਹੀਂ ਹੋ ਸਕਦਾ। ਮਨੁੱਖ ਵੱਲੋਂ ਮਨੁੱਖ ਦਾ ਮਾਸ ਖਾਣਾ, ਇਹ ਕਦੇ ਨਹੀਂ ਹੋ ਸਕਦਾ। ਜਿਵੇਂ ਹਿੰਦੂ ਸਮਾਜ ਦੇ ਵਿੱਚ ਗਊ ਹੱਤਿਆ, ਇਹ ਕਦੇ ਵੀ ਇਹ ਤਾਬੂ ਦੇ ਵਿੱਚ ਆਉਂਦੀ ਹੈ, ਇਹ ਉਹ ਨਿਯਮ ਆ ਜਿਹੜਾ ਪੱਕਾ ਨਿਰਧਾਰਿਤ ਕੀਤਾ ਗਿਆ ਹੈ ਨਾ। ਸੋ ਇਹ ਆ ਜਿਹੜੇ ਇਹ ਤਾਬੂ ਇੱਕ ਸਮਾਜ ਵਾਸਤੇ, ਮੰਨ ਲਓ ਇੱਕ ਸਮਾਜ ਦੇ ਵਿੱਚ ਕੁਛ ਚੀਜ਼ ਨਿਯਮ ਤਾਬੂ ਹੈ, ਦੂਸਰੇ ਸਮਾਜ ਦੇ ਵਿੱਚ ਹੋ ਸਕਦਾ ਵੀ ਉਹ ਤਾਬੂ ਨਾ ਹੋਣ, ਹੈ ਨਾ। ਹੁਣ ਜਿਵੇਂ ਹਿੰਦੂ ਸਮਾਜ ਦੇ ਵਿੱਚ ਗਊ ਹੱਤਿਆ ਜਿਹੜੀ, ਉਸ ਨੂੰ ਮਤਲਬ ਕੀ ਹੈ ਵੀ ਉਸ ਨੂੰ ਨਾਜਾਇਜ਼, ਉਸ ਨੂੰ ਗਲਤ ਮੰਨਿਆ ਜਾਂਦਾ ਵੀ ਨਹੀਂ, ਬਿਲਕੁਲ ਨਹੀਂ, ਕਿਸੇ ਹਾਲਤ ਦੇ ਵਿੱਚ ਹੋ ਹੀ ਨਹੀਂ ਸਕਦੀ ਇਹ ਗੱਲ। ਪਰ ਮੰਨ ਲਓ ਵੀ ਗਊ ਹੈ ਜਿਹੜੀ, ਉਸ ਦੇ ਮਤਲਬ ਕੀ ਹੈ ਵੀ ਜਿਹੜਾ ਆਪਾਂ ਕਹਿ ਦਿੰਦੇ ਬੀਫ, ਹੈ ਨਾ, ਗਊ ਦੇ ਮਾਸ ਨੂੰ ਬੀਫ, ਤਾਂ ਉਹ ਬੀਫ ਹੈ ਜਿਹੜਾ ਸਾਡੇ ਦੇਸ਼ ਦੇ ਵਿੱਚ ਹੀ, ਅਦਰ ਕਿਸੇ ਵੀ ਸਾਡੇ ਦੇਸ਼ ਦੇ ਵਿੱਚ ਹੀ ਕਈ ਹਿੱਸਿਆਂ ਦੇ ਵਿੱਚ, ਕਈਆਂ 'ਚ ਤਾਂ ਬੈਨ ਆ ਅਤੇ ਕਈਆਂ ਦੇ ਵਿੱਚ ਨਹੀਂ ਗਾ ਬੈਨ, ਤੁਸੀਂ ਦੇਖ ਸਕਦੇ ਹੋ ਇਸ ਗੱਲ ਨੂੰ, ਹੈ ਨਾ। ਤੁਸੀਂ ਇਸ ਚੀਜ਼ ਨੂੰ ਵਿਚਾਰ ਕੇ ਦੇਖ ਲਓ, ਚਾਹੇ ਤੁਸੀਂ ਮਤਲਬ ਇੱਕ ਚੀਜ਼, ਮੈਂ ਕਿਸੇ ਕੋਈ ਧਰਮ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿਰਫ ਤੁਹਾਨੂੰ ਤਾਬੂ ਬਾਰੇ ਸਮਝਾਉਣਾ ਚਾਹ ਰਿਹਾ, ਹੋਰ ਕੁਛ ਨਹੀਂ, ਸਮਝ ਲਓ ਤੁਸੀਂ ਇਸ ਗੱਲ ਨੂੰ। ਲਓ ਚਲੋ ਆਪਾਂ ਉਦਾਹਰਣ ਹੀ ਹੋਰ ਲੈ ਲੈਂਦੇ ਹਾਂ। ਮੰਨ ਲਓ ਪਤੀ ਪਤਨੀ ਦਾ ਆਪਣੇ ਸਮਾਜ ਦੇ ਵਿੱਚ ਪਤੀ ਪਤਨੀ ਦਾ ਕਿਸੇ ਹੋਰ ਇਲਾਵਾ ਜਿਹੜਾ ਸੰਬੰਧ ਹੈ, ਉਸ ਨੂੰ ਗਲਤ ਕਿਹਾ ਜਾਂਦਾ, ਉਸ ਨੂੰ ਨਾਜਾਇਜ਼ ਸੰਬੰਧਾਂ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ। ਠੀਕ ਹੈ, ਗੱਲ ਕਲੀਅਰ ਹੈ ਜੀ। ਪਰ ਕਈ ਸਮਾਜ ਇਹੋ ਜਿਹੇ ਆ ਜਿਸ ਸਮਾਜ ਦੇ ਵਿੱਚ ਅਦਰ ਪਰਸਨ ਦੇ ਨਾਲ ਸੰਬੰਧ ਹੈ, ਉਹਨੂੰ ਤਾਬੂ ਦੀ ਸ਼੍ਰੇਣੀ ਦੇ ਵਿੱਚ ਨਹੀਂ ਰੱਖਿਆ ਜਾਂਦਾ, ਉਸ ਨੂੰ ਜਾਇਜ਼ ਦੱਸਿਆ ਜਾਂਦਾ। ਬਸ ਇੰਨੀ ਗੱਲ ਹੀ ਹੈ, ਮੈਂ ਦੱਸਣਾ ਚਾਹੁੰਦਾ ਵੀ ਮਤਲਬ ਕੀ ਹੈ ਵੀ ਸੱਭਿਆਚਾਰ ਹੈ ਜਿਹੜਾ ਉਹ ਸਰਵ ਵਿਆਪਕ ਹੈ,
ਪਰ ਹਰ ਮੁਲਕ ਦਾ ਆਪਣਾ, ਹਰ ਸਮਾਜ ਦਾ ਆਪਣਾ ਸੱਭਿਆਚਾਰ ਅਲੱਗ ਹੈ, ਵੱਖ ਹੈ। ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਉਹ ਇੱਕ ਸਮਾਜ ਦੇ ਵਿੱਚ ਜਿਨ ਨਿਯਮ ਜੋ ਨਿਰਧਾਰਿਤ ਲਾਗੂ ਹੁੰਦੇ ਆ ਉਹ ਹੋ ਸਕਦਾ ਦੂਸਰੇ ਸਮਾਜ ਦੇ ਵਿੱਚ ਨਿਰਧਾਰਿਤ ਨਾ ਹੋਣ, ਇਹ ਕੋਈ ਜ਼ਰੂਰੀ ਨਹੀਂ ਗਾ। ਪੰਜਾਬੀ ਅਨੇਕਾਂ ਸਮਾਜਿਕ ਧਾਰਮਿਕ ਭੂਗੋਲਿਕ ਇਕਾਈਆਂ ਦਾ ਸਮੂਹ ਹੈ। ਪੰਜਾਬ ਹੈ ਜਿਹੜਾ, ਪੰਜਾਬ ਦਾ ਖੇਤਰ ਹੈ ਜਿਹੜਾ, ਉਹ ਬਹੁਤ ਸਾਰੀਆਂ ਸਮਾਜਿਕ ਧਾਰਮਿਕ ਭੂਗੋਲਿਕ ਇਕਾਈਆਂ ਦਾ ਸਮੂਹ ਹੈ। ਕੁਝ ਰਸਮ ਰਿਵਾਜ਼ ਇੱਕ ਫਿਰਕੇ ਲਈ ਪ੍ਰਮੁੱਖ ਅਤੇ ਦੂਜੇ ਲਈ ਮਹੱਤਵਹੀਣ ਹੁੰਦੇ ਹੈ ਨਾ। ਹੁਣ ਪੰਜਾਬ ਦੇ ਸਮਾਜ ਦੇ ਵਿੱਚ ਹੀ ਲਾ ਲਓ ਤੁਸੀਂ, ਇਕੱਲੇ ਸਿੱਖ ਥੋੜ੍ਹਾ ਰਹਿੰਦੇ ਆ, ਹਿੰਦੂ ਵੀ ਰਹਿੰਦੇ ਆ, ਮੁਸਲਿਮ ਵੀ ਰਹਿੰਦੇ ਆ, ਈਸਾਈ ਵੀ ਰਹਿੰਦੇ ਆ। ਸੋ ਇਹ ਕੀ ਆ ਵੀ ਉਹਨਾਂ ਦੇ ਜਿਹੜੇ ਅਲੱਗ ਹੈ ਸਿਸਟਮ ਆਪਣਾ ਅਲੱਗ ਹੈ। ਇੱਕ ਫਿਰਕੇ ਵਾਸਤੇ ਕੁਝ ਰਸਮ ਰਿਵਾਜ਼ ਪ੍ਰਮੁੱਖ ਹੋ ਸਕਦੇ ਆ, ਉਹ ਤਾਂ ਕਿਸੇ ਦੂਸਰੇ ਫਿਰਕੇ ਕਿਸੇ ਦੂਸਰੀ ਕੌਮ ਵਾਸਤੇ ਉਹੀ ਰਸਮ ਰਿਵਾਜ਼ ਕਿਸੇ ਕੰਮ ਦੇ ਨਹੀਂ, ਇਹ ਜ਼ਰੂਰੀ ਨਹੀਂ ਗਾ। ਇੱਕ ਜਾਤੀ ਦੇ ਰਸਮ ਰਿਵਾਜ਼ ਦੂਜੀ ਵਿੱਚ ਤਾਬੂ ਹੁੰਦੇ ਆ, ਹੈ ਨਾ। ਇਹ ਤੁਹਾਨੂੰ ਦੱਸ ਹੀ ਦਿੱਤਾ ਮੈਂ ਵੀ ਮੰਨ ਲਓ ਆਪਣੇ ਕੋਈ ਰਸਮੋ ਰਿਵਾਜ਼ ਆਪਾਂ ਕਰਦੇ ਹਾਂ ਅਤੇ ਉਹ ਹੋ ਸਕਦਾ ਦੂਜੀ ਕਿਸੇ ਦੂਜੇ ਕਿਸੇ ਸਮਾਜ ਵਾਸਤੇ ਜਾਂ ਦੂਜੀ ਕਿਸੇ ਜਾਤੀ ਵਾਸਤੇ ਉਹ ਨਹੀਂ ਅਪਣਾਇਆ ਜਾਂਦਾ ਹੋਵੇ, ਉਹ ਕਹਿੰਦੇ ਹੁਣ ਵੀ ਨਹੀਂ ਸਾਡੇ ਵਾਸਤੇ ਤਾਬੂ। ਲਓ ਗੱਲ ਖਤਮ, ਛੋਟੀ ਜਿਹੀ ਗੱਲ ਸੀ। ਹੁਣ ਆਪਾਂ ਗੱਲ ਕਰਦੇ ਹਾਂ ਸੱਭਿਆਚਾਰ ਅਤੇ ਲੋਕਧਾਰਾ ਦੀ, ਜਿਹੜਾ ਟੋਪਿਕ ਤੁਹਾਡੇ ਦੇ ਰੱਖਿਆ। ਸੱਭਿਆਚਾਰ ਬਾਰੇ ਗੱਲ ਕਰਦੇ ਵੀ ਸੱਭਿਆਚਾਰ ਦਾ ਸ਼ਾਬਦਿਕ ਅਰਥ ਕੀ ਬਣਦਾ, ਸ਼ਾਬਦਿਕ ਅਰਥ ਕਰਨ ਤੋਂ ਪਹਿਲਾਂ ਦੇਖੋ ਸੱਭਿਆਚਾਰ ਅਤੇ ਲੋਕਧਾਰਾ ਦੇ ਵਿੱਚ ਨਾ ਮੈਂ ਅੰਤਰ ਸਪਸ਼ਟ ਕੀਤਾ। ਮੈਂ ਸੋਚਿਆ ਤੁਹਾਨੂੰ ਥੋੜ੍ਹਾ ਜਿਹਾ ਇਹ ਸ਼ਾਨਦਾਰ ਕੰਮ ਕਰ ਦਿੰਦਾ, ਸੱਭਿਆਚਾਰ ਅਤੇ ਲੋਕਧਾਰਾ ਦੇ ਵਿੱਚ ਅੰਤਰ ਕਰਨਾ ਬੜਾ ਜ਼ਰੂਰੀ ਹੈ। ਹਾਲਾਂਕਿ ਅੰਤਰ ਕੀਤਾ ਨਹੀਂ ਜਾਂਦਾ ਹੁੰਦਾ, ਪਰ ਹੋਣਾ ਵੀ ਜ਼ਰੂਰੀ ਹੈ, ਲਾਜ਼ਮੀ ਹੈ ਦੱਸਣਾ। ਸੱਭਿਆਚਾਰ ਅਤੇ ਲੋਕਧਾਰਾ ਵਰਤਾਰੇ ਵਿਵਹਾਰ ਜਿਹੜੇ ਆ ਉਹ ਨਾ ਕੇਵਲ ਮਨੁੱਖ ਦੁਆਰਾ ਉਸ ਦੀ ਸਮਾਜਿਕ ਹੋਂਦ ਸਦਕਾ ਸਿਰਜੇ ਹੀ ਨਹੀਂ ਜਾਂਦੇ। ਮਤਲਬ ਕਹਿਣ ਦਾ ਇਹ ਹੈ ਇੱਥੇ ਗੱਲ ਵੀ ਮਨੁੱਖ ਸਮਾਜ ਹੈ ਜਿਹੜਾ ਉਹ ਮਨੁੱਖ ਦੇ ਕਰਕੇ ਹੈ, ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਹੈ ਜਿਹੜਾ ਉਹ ਸੱਭਿਆਚਾਰ ਦੀ ਪਾਲਣਾ ਕਰਦਾ ਹੈ, ਸਗੋਂ ਸਿਰਜੇ ਜਾਣ ਉਪਰੰਤ ਇਹ ਸੰਬੰਧਿਤ ਸਮਾਜ ਦੇ ਵਿਲੱਖਣ ਲੱਛਣਾਂ ਨੂੰ ਨਿਰਧਾਰਿਤ ਕਰਨ ਦੇ ਸਯੋਗੀ ਵੀ ਬਣਦੇ ਆ। ਜਿਹੜੇ ਸਮਾਜ ਨੇ ਉਹ ਸੱਭਿਆਚਾਰ ਨਿਯਮ ਨਿਰਧਾਰਿਤ ਕੀਤੇ ਉਸੇ ਸਮਾਜ ਨੂੰ ਸਮਝਣ ਦੇ ਵਿੱਚ ਉਹ ਸਹਾਇਕ ਵੀ ਹੁੰਦੇ ਆ, ਸੱਭਿਆਚਾਰਕ ਗੁਣ। ਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰ ਦੇਖ ਲਓ ਵੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੱਭਿਆਚਾਰ ਬਾਰੇ। ਸੱਭਿਆਚਾਰ ਆ ਜਿਹੜਾ ਉਹ ਅੰਗਰੇਜ਼ੀ ਸ਼ਬਦ ਕਲਚਰ, ਕਲਚਰ ਤੋਂ, ਕਲਚਰ ਨੂੰ ਆਪਾਂ ਜੇ ਪੰਜਾਬੀ ਵਿੱਚ ਕਹੀਏ ਤਾਂ ਸੱਭਿਆਚਾਰ ਹੈ ਅਤੇ ਕਲਚਰ ਨੂੰ ਆਪਾਂ ਹਿੰਦੀ 'ਚ ਕਹੀਏ ਤਾਂ ਸੰਸਕ੍ਰਿਤੀ ਹੈ। ਅੰਗਰੇਜ਼ੀ ਸ਼ਬਦ ਕਲਚਰ ਸ਼ੁਰੂ ਦੇ ਵਿੱਚ ਖੇਤੀਬਾੜੀ ਕਰਨ, ਪਸ਼ੂ ਪਾਲਣ ਦੇ ਨਾਲ ਸੰਬੰਧਿਤ ਵਰਤਿਆ ਜਾਂਦਾ ਸੀ ਇਹ ਸ਼ੁਰੂ ਦੇ ਵਿੱਚ ਕਲਚਰ ਸ਼ਬਦ ਹੈ ਜਿਹੜਾ। ਪਰ ਉਸ ਤੋਂ ਬਾਅਦ ਕੀ ਹੋਇਆ, ਹਿੰਦੀ ਵਿੱਚ ਇਹਨੂੰ ਸੰਸਕ੍ਰਿਤ ਸ਼ਬਦ ਵਰਤਿਆ ਜਾਂਦਾ। ਇਹ ਗੱਲ ਹੋ ਗਈ ਆਪਣੀ ਕਲੀਅਰ, ਪੰਜਾਬੀ ਵਿੱਚ ਇਹਦੇ ਵਾਸਤੇ ਸੱਭਿਆਚਾਰ ਸ਼ਬਦ ਹੈਗਾ ਹੀ ਹੈ। ਥੋੜ੍ਹੀ ਜਿਹੀ ਗੱਲ ਕਲੀਅਰ ਹੋਈ ਹੋਣੀ। ਹੁਣ ਲੋਕਧਾਰਾ ਬਾਰੇ ਦੇਖੋ, ਲੋਕਧਾਰਾ ਸ਼ਬਦ ਹੈ ਜਿਹੜਾ ਅੰਗਰੇਜ਼ੀ ਦਾ ਫੋਕ ਲੋਰ ਸ਼ਬਦ। ਫੋਕ ਦਾ ਪੰਜਾਬੀ ਦੇ ਵਿੱਚ ਮਤਲਬ ਲੋਕ ਅਤੇ ਲੋਰ ਦਾ ਪੰਜਾਬੀ ਦੇ ਵਿੱਚ ਮਤਲਬ ਯਾਨ ਜਾਂ ਧਾਰਾ ਬਣਦਾ। ਇਸ ਕਰਕੇ ਪੰਜਾਬੀ ਵਿੱਚ ਲੋਕਯਾਨ ਜਾਂ ਲੋਕਧਾਰਾ ਸ਼ਬਦ ਵਰਤਿਆ ਜਾਂਦਾ। ਲੋਕਯਾਨ ਕਿਹਨੇ ਵਰਤਿਆ, ਲੋਕਧਾਰਾ ਕਿਹਨੇ ਵਰਤਿਆ, ਇਹ ਅੱਗੇ ਆਜੂਗਾ ਲੋਕਧਾਰਾ ਦੇ ਵਿੱਚ, ਸਾਰੀ ਕਲੀਅਰ ਹੋ ਜੂਗੀ। ਹੁਣ ਦੇਖੋ ਤੁਸੀਂ ਸੱਭਿਆਚਾਰ ਅਤੇ ਲੋਕਧਾਰਾ ਕਿਵੇਂ ਹੁੰਦਾ। ਵਿਆਹ ਪ੍ਰਥਾ ਦੇ ਨਾਲ ਜੁੜੇ ਮੁੱਲ, ਮੰਨ ਲਓ ਵਿਆਹ ਦਾ ਪ੍ਰੋਗਰਾਮ ਹੈ, ਉਸ ਪ੍ਰਥਾ ਨਾਲ ਜੁੜੇ ਹੋਏ ਜਿਹੜੇ ਮੁੱਲ ਆ ਉਹ ਤਾਂ ਮੁੱਲ ਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਆ ਜਿਹੜੇ ਉਹ ਤਾਂ ਹੈਗੇ ਆ ਸੱਭਿਆਚਾਰ। ਪਰ ਵਿਆਹ ਦੇ ਸਮੇਂ ਨਿਭਾਈਆਂ ਜਾਣ ਵਾਲੀਆਂ ਰਸਮਾਂ, ਸ਼ਗਨ, ਅਪਸ਼ਗਨ, ਅਨੁਸ਼ਠਾਨ, ਰੀਤੀ ਰਿਵਾਜ਼, ਇਹ ਸਾਰੇ ਲੋਕਧਾਰਾ ਦੇ ਦਰਮਿਆਨ ਆਉਂਦੇ ਆ। ਇਹ ਤਾਂ ਹੈਗੇ ਆ, ਠੀਕ ਆ। ਹੁਣ ਸੁਣੋ ਦੁਬਾਰੇ ਗੱਲ, ਮੈਂ ਦੁਬਾਰੇ ਦੱਸ ਦਿੰਦਾ ਲੋਕਧਾਰਾ ਅਤੇ ਸੱਭਿਆਚਾਰ ਦੀ ਇੱਕ ਲੈਣ ਦੇ ਵਿੱਚ ਮੈਂ ਦੱਸਦਾ ਫਰਕ ਵੀ। ਵਿਆਹ ਦਾ ਮੰਨ ਲਓ ਪ੍ਰੋਗਰਾਮ, ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਕੋਈ ਰਸਮੋ ਰਿਵਾਜ਼, ਜਿਹੜੀਆਂ ਕੋਈ ਰੀਤੀਆਂ, ਜਿਹੜੇ ਕੋਈ ਅਨੁਸ਼ਠਾਨ, ਜਿਹੜੀ ਕੋਈ ਰੀਤੀ ਰਿਵਾਜ਼ ਆਪਾਂ ਕਰਵਾ ਰਹੇ ਹਾਂ, ਕੀਤਾ ਜਾ ਰਿਹਾ, ਉਹ ਤਾਂ ਹੈਗਾ ਲੋਕਧਾਰਾ।
ਉਹਨਾਂ ਦੇ ਪਿੱਛੇ ਮਹੱਤਵ ਕੀ ਆ ਉਸ ਚੀਜ਼ ਦਾ, ਉਹਨੂੰ ਕਿਹਾ ਜਾਂਦਾ ਸੱਭਿਆਚਾਰ। ਠੀਕ ਹੈ ਬਾਈ, ਗੱਲ ਕਲੀਅਰ। ਅਗਲੀ ਗੱਲ ਸੁਣੋ, ਜਿਵੇਂ ਹੁਣ ਲੋਕ ਗੀਤਾਂ 'ਤੇ ਆ ਜਾਓ, ਵਿਆਹ ਦੀ ਗੱਲ ਛੱਡੋ, ਚਲੋ ਆ ਜਾਓ। ਹਾਂ, ਲੋਕ ਗੀਤਾਂ ਵਿੱਚ ਪੇਸ਼ ਹੋਏ ਕਾਵਿ ਬਿੰਬ ਹੈ ਜਿਹੜੇ, ਲੋਕ ਗੀਤਾਂ ਦੇ ਵਿੱਚ ਪੇਸ਼ ਹੁੰਦੇ ਆ ਨਾ ਕਾਵਿ ਬਿੰਬ ਜਿਹੜੇ, ਉਹਨਾਂ ਨੂੰ ਤਾਂ ਕਿਹਾ ਜਾਂਦਾ ਸੱਭਿਆਚਾਰ। ਪਰ ਜਿਵੇਂ ਵਿਆਹ ਦੇ ਨਾਲ ਸੰਬੰਧਿਤ ਗੀਤ ਜਾਂ ਲੋਕ ਗੀਤ ਹੁੰਦੇ ਆ, ਜਿਵੇਂ ਮੰਨ ਲਓ ਆ ਵੀ ਵਿਆਹ ਦੇ ਨਾਲ ਸੰਬੰਧਿਤ ਲੋਕ ਗੀਤਾਂ ਦੀ ਗੱਲ ਕਰ ਰਿਹਾ ਮੈਂ, ਵਿਆਹ ਦੇ ਨਾਲ ਸੰਬੰਧਿਤ ਜਿਹੜੇ ਆਪਣੇ ਗੀਤ ਜਾਂ ਲੋਕ ਗੀਤ, ਜਿਵੇਂ ਮੁੰਡੇ ਦੇ ਵਿਆਹ ਦੇ ਨਾਲ ਸੰਬੰਧਿਤ ਘੋੜੀਆਂ, ਕੁੜੀ ਦੇ ਵਿਆਹ ਦੇ ਨਾਲ ਸੰਬੰਧਿਤ ਸੁਹਾਗ ਗੀਤ ਗਾਏ ਜਾਂਦੇ ਆ, ਇਹ ਗੀਤ ਜਿਹੜੇ ਹੁੰਦੇ ਆ, ਇਹ ਗੀਤ ਤਾਂ ਆਉਂਦੇ ਆ ਲੋਕ ਧਾਰਾ ਦੀ ਸ਼੍ਰੇਣੀ ਵਿੱਚ, ਪਰ ਉਹਨਾਂ ਲੋਕ ਗੀਤਾਂ ਵਿੱਚ ਜਿਹੜੇ ਕਾਵਿ ਬਿੰਬ ਪੇਸ਼ ਹੋਏ ਆ, ਉਹਨਾਂ ਦੇ ਪਿੱਛੇ ਕਿਹੜੀ ਚੀਜ਼ ਵਰਕ ਕਰ ਰਹੀ ਹੈ, ਕਿਹੜਾ ਸਮਾਜਿਕ ਮੁੱਲ ਵਰਕ ਕਰ ਰਿਹਾ, ਉਹਨੂੰ ਸੱਭਿਆਚਾਰ ਦੇ ਵਿੱਚ ਰੱਖਿਆ ਜਾਂਦਾ ਹੈ। ਅੱਗੇ ਹੁਣ ਦੇਖੋ ਲੋਕਧਾਰਾ, ਲੋਕਧਾਰਾ ਦੇ ਵਿੱਚ ਜਿਵੇਂ ਮੰਨ ਲਓ ਕੋਈ ਆਪਾਂ ਤਿੱਥ ਤਿਉਹਾਰ ਕੋਈ ਮਨਾਉਂਦੇ ਹਾਂ, ਕੋਈ ਤਿਉਹਾਰ ਮਨਾਉਂਦੇ ਹਾਂ, ਦਿਵਾਲੀ, ਲੋਹੜੀ, ਹੋਲੀ, ਕੋਈ ਵੀ ਤਿਉਹਾਰ ਲਾ ਲਓ ਤੁਸੀਂ ਮਨਾਉਂਦੇ ਹਾਂ, ਉਹਦੇ ਨਾਲ ਜੁੜੀ ਹੋਈ ਕੋਈ ਧਾਰਮਿਕ ਉਕਤੀ ਹੈ ਜਿਹੜੀ, ਕੋਈ ਧਾਰਮਿਕ ਉਕਤੀ ਹੈ ਜਿਹੜੀ, ਉਹ ਹੁੰਦੀ ਹੈ ਲੋਕਧਾਰਾ। ਪਰ ਉਹਨਾਂ ਤਿੱਥ ਤਿਉਹਾਰਾਂ ਦੇ ਨਾਲ ਜੁੜੇ ਹੋਏ ਭਾਵ ਹੁੰਦੇ ਆ ਜਿਹੜੇ, ਉਹ ਸੱਭਿਆਚਾਰ ਦੇ ਅੰਤਰਗਤ ਹੁੰਦੇ ਆ। ਇੱਕ ਹੁੰਦੀ ਆ ਧਾਰਮਿਕ ਉਕਤੀ, ਇੱਕ ਹੁੰਦਾ ਹੈ ਭਾਵ। ਅੱਛਾ, ਜਿਵੇਂ ਮੰਨ ਲਓ ਵੀ ਕਿਹਾ ਜਾਂਦਾ ਵੀ ਮਾਘੀ 'ਤੇ ਸਵੇਰੇ 4 ਵਜੇ, ਮਾਘੀ ਵਾਲੇ ਦਿਨ ਸਵੇਰੇ 4 ਵਜੇ ਉੱਠ ਕੇ ਆਪਾਂ, ਮਤਲਬ ਕਿ ਵੀ 4 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਨ ਨਾਲ, ਮਤਲਬ ਬਾਲ ਧੋਣ ਨਾਲ ਬਾਲ ਸੋਨੇ ਦੇ ਹੋ ਜਾਂਦੇ ਆ। ਬਾਲ ਸੋਨੇ ਦੇ ਹੁੰਦੇ ਨਹੀਂਗੇ, ਇਹ ਜਿਹੜੀ ਮੈਂ ਗੱਲ ਆਖੀ ਹੈ ਬਾਲ ਸੋਨੇ ਦੇ ਹੋ ਜਾਂਦੇ ਆ। ਇਹ ਕੀ ਹੈ ਵੀ ਇਹ ਤਾਂ ਆਉਂਦੀ ਹੈ ਲੋਕਧਾਰਾ ਦੇ ਅੰਤਰਗਤ, ਉਹਦੇ ਪਿੱਛੇ ਮਹੱਤਵ ਕੀ ਹੈ ਵੀ ਮਾਘੀ ਉਹਨਾਂ ਸਮਿਆਂ ਦੇ ਵਿੱਚ ਬੰਦਾ ਵੈਸੇ ਹੀ ਜ਼ਿਆਦਾ ਬੰਦੇ ਨੂੰ ਸੁਸਤੀ ਨਾ ਆਵੇ, ਉਹਦੇ ਵਾਸਤੇ ਉਹਨੂੰ ਕਿਹਾ ਗਿਆ ਵੀ ਤੂੰ 4 ਵਜੇ ਸੁਸਤੀ ਤੋਂ ਬਚਣ ਵਾਸਤੇ ਹੈ। ਸਮਾਜਿਕ ਮੁੱਲ ਕੀ ਹੈ ਵੀ ਆਪਾਂ ਆਪਣਾ ਕੰਮ ਸਮੇਂ ਸਿਰ ਕਰਨਾ, ਜੇ ਆਪਾਂ ਸੁਸਤੀ 'ਚ ਰਹਿ ਗਏ ਤਾਂ ਕੰਮ ਸਮੇਂ ਸਿਰ ਨਹੀਂ ਹੋਊਗਾ, ਆਪਣਾ ਸਾਰਾ ਜਿਹੜਾ ਸਥਿਤੀ ਹੈ ਜੀਵਨ ਆਪਣਾ ਸਾਰਾ ਡਾਵਾਂਡੋਲ ਹੋ ਸਕਦਾ। ਪਰ ਉਹਦੇ ਪਿੱਛੇ ਕੰਮ ਕੀ ਕਿਹੜੀ ਚੀਜ਼ ਕਰ ਰਹੀ ਹੈ, ਸਮਾਜਿਕ ਮੁੱਲ ਤਾਂ ਇਹੀ ਹੈ ਵੀ ਆਪਾਂ ਆਪਣਾ ਕੰਮ ਸਮੇਂ ਸਿਰ ਕਰੀਏ, ਕਿ ਸਵੇਰੇ 4 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਨ ਦਾ ਮਹੱਤਵ ਤਾਂ ਇਹੀ ਹੈ ਵੀ ਆਪਾਂ ਸਵੇਰੇ ਟਾਈਮ ਨਾਲ ਉੱਠੀਏ, ਸਮੇਂ ਸਿਰ ਆਪਣਾ ਤਿਆਰ ਵਗੈਰਾ ਹੋ ਜਾਈਏ, ਹੈ ਨਾ। ਇਹ ਚੀਜ਼ਾਂ ਸੱਭਿਆਚਾਰ ਦੇ ਅੰਤਰਗਤ ਆਉਂਦੀਆਂ। ਲੋਕਧਾਰਾ ਦੇ ਅੰਤਰਗਤ ਉਹ ਹੈ, ਉਹ ਜਿਹੜਾ ਪਿੱਛੇ ਸਮਾਜਿਕ ਮਿੱਥ ਜਿਹੜੀ ਨਿਰਧਾਰਿਤ ਕੀਤੀ ਗਈ ਹੈ, ਧਾਰਮਿਕ ਉਕਤੀ ਇਹ ਹੈ ਵੀ ਸਵੇਰੇ ਮਾਘੀ ਵਾਲੇ ਦਿਨ 4 ਵਜੇ ਉੱਠ ਕੇ ਜੇ ਆਪਾਂ ਨਹਾਵਾਂਗੇ ਤਾਂ ਆਪਣੇ ਵਾਲ ਸੋਨੇ ਦੇ ਹੋ ਜਾਣਗੇ, ਅਤੇ ਵਾਲ ਆਪਾਂ ਹੀ ਸੋਨੇ ਦੇ ਹੋ ਜਾਣਗੇ ਜਦੋਂ ਆਪਾਂ ਸਵੇਰੇ ਟਾਈਮ ਨਾਲ ਉੱਠ ਕੇ ਨਹਾਉਣ ਲੱਗ ਗਏ, ਅਤੇ ਆਪਾਂ ਹੀ ਸੋਨਾ ਹੀ ਸੋਨਾ, ਸੋਨੇ 'ਤੇ ਸੁਹਾਗਾ ਹੈ ਫਿਰ ਤਾਂ। ਹੈ ਜਿਵੇਂ ਖੁਦ ਰਸਮ ਜਿਹੜੀ, ਕੋਈ ਵੀ ਆਪਾਂ ਰਸਮੋ ਰਿਵਾਜ ਜਿਹੜਾ ਆਪਾਂ ਅਪਣਾਉਂਦੇ ਹਾਂ, ਉਹ ਆਪਣੇ ਆਪ ਦੇ ਵਿੱਚ ਲੋਕਧਾਰਾ ਦਾ ਪੱਖ ਪੂਰਦੀ ਹੈ, ਪਰ ਉਸ ਰਸਮ ਨਾਲ ਜੁੜੇ ਅਰਥ ਹੁੰਦੇ ਆ ਜਿਹੜੇ, ਵੀ ਇਹ ਰਸਮ ਕਿਉਂ, ਇਹਦੇ ਪਿੱਛੇ ਕਾਰਨ ਉਹ ਹੈ ਜਿਹੜੇ, ਉਹ ਸੱਭਿਆਚਾਰਕ ਸਿਰਜਣਾ ਦਾ ਭਾਗ ਹੁੰਦੇ ਆ। ਸੱਭਿਆਚਾਰ ਆ ਜਿਹੜਾ ਜ਼ਿਆਦਾ ਵਿਸ਼ਾਲ ਪੱਧਰ 'ਤੇ ਮਾਨਵੀ ਵਿਹਾਰ ਨੂੰ ਪ੍ਰਦਰਸ਼ਿਤ ਕਰਦਾ, ਵਧੇਰੇ ਵਿਸ਼ਾਲ ਹੈ ਇਹਦਾ ਦਾਇਰਾ, ਪਰ ਇਸ ਦੇ ਅੰਤਰਗਤ ਨਿਸ਼ਚਿਤ ਲੱਛਣਾਂ ਵਾਲੇ ਵਰਤਾਰੇ ਹੀ ਸ਼ਾਮਿਲ ਹੁੰਦੇ ਹਨ। ਇਹਦੇ ਅੰਤਰਗਤ ਨਿਸ਼ਚਿਤ ਲੱਛਣਾਂ ਵਾਲੇ ਵਰਤਾਰੇ ਹੁੰਦੇ ਆ, ਵਰਤਾਰਾ ਵਿਵਹਾਰ ਨੂੰ ਕਹਿੰਦੇ ਆ ਬਈ। ਤੁਰੰਤ ਲਿਖੀ ਜਾਂ ਬੋਲੀ ਕਵਿਤਾ ਸੱਭਿਆਚਾਰ ਦੇ ਖੇਤਰ ਦੀ ਚੀਜ਼ ਹੈ, ਪਰ ਵਰਤਮਾਨ ਸਮੇਂ ਦੀ ਕੋਈ ਵੀ ਸਿਰਜਣਾ, ਕੋਈ ਵੀ ਤੁਰੰਤ ਜਾਂ ਜਿਵੇਂ ਤੁਰੰਤ ਜਾਂ ਲਿਖੀ ਜਾਂ ਬੋਲੀ ਕੋਈ ਵੀ ਕਵਿਤਾ, ਉਹ ਲੋਕਧਾਰਾ ਦੇ ਖੇਤਰ ਦੀ ਚੀਜ਼ ਨਹੀਂ ਹੁੰਦੀ ਪਰੰਪਰਾ ਦੇ ਕਾਰਨ।
ਕਿਉਂਕਿ ਲੋਕ ਧਾਰਾ ਦੇ ਵਿੱਚ ਉਹੀ ਚੀਜ਼ ਹੁੰਦੀ ਹੈ ਜਿਹੜੀ ਪਰੰਪਰਾ ਵਾਲੀ ਹੁੰਦੀ ਹੈ। ਇਹਦੇ ਵਿੱਚ ਵੀ ਪਰੰਪਰਾ ਹੁੰਦੀ ਹੈ, ਪਰ ਜਿਵੇਂ ਮੰਨ ਲਓ ਕੋਈ ਤਾਜ਼ੀ ਤੁਸੀਂ ਚੀਜ਼ ਲਿਖੀ ਹੈ ਜਿਹੜੀ ਸਮਾਜ ਦੇ ਬਾਰੇ, ਸਮਾਜ ਦੇ ਪ੍ਰਥਾਏ ਆਪਾਂ ਲਿਖੀ ਹੈ ਜਿਹੜੀ ਸਾਡੇ ਸਮਾਜ ਬਾਰੇ, ਮੰਨ ਲਓ ਪੰਜਾਬੀ ਸਮਾਜ ਦੇ ਸੱਭਿਆਚਾਰ ਦੀ ਗੱਲ ਕਰੀਏ, ਪੰਜਾਬੀ ਸਮਾਜ ਦੇ ਬਾਰੇ ਕੋਈ ਇਹੋ ਜਿਹੀ ਚੀਜ਼ ਲਿਖੀ ਗਈ ਜਿਹੜੀ ਪੰਜਾਬੀ ਸਮਾਜ ਵਾਸਤੇ ਮਹੱਤਵਪੂਰਨ ਹੈ, ਉਹ ਸੱਭਿਆਚਾਰ ਦੀ ਸ਼੍ਰੇਣੀ 'ਚ ਆਊਗੀ। ਜਦੋਂ ਉਹੀ ਸਮਾਂ ਪੈ ਕੇ ਕਾਫੀ ਸਮਾਂ ਪੁਰਾਣੀ ਹੋ ਜੂਗੀ, ਪਰੰਪਰਾਗਤ ਰੂਪ ਵਿੱਚ ਹੋ ਜੂਗੀ, ਤਾਂ ਉਦੋਂ ਉਹ ਲੋਕਧਾਰਾ ਦੇ ਅੰਤਰਗਤ ਆਉਣੀ ਸ਼ੁਰੂ ਹੋ ਜੂਗੀ। ਨੋਟ ਕਰਕੇ ਕੁਝ ਗੱਲਾਂ ਲਿਖੀਆਂ ਬਾਈ, ਤਿੰਨ ਚਾਰ ਯਾਦ ਰੱਖਣੀਆਂ ਤੁਸੀਂ। ਮਾਨਵ ਵਿਗਿਆਨੀ ਕਹਿੰਦੇ ਆ ਵੀ ਲੋਕਧਾਰਾ ਮਨੁੱਖੀ ਸੱਭਿਆਚਾਰ ਦਾ ਅੰਗ ਮਾਤਰ ਹੈ। ਮਾਨਵ ਵਿਗਿਆਨੀ ਕਹਿੰਦੇ ਵੀ ਲੋਕਧਾਰਾ ਸੱਭਿਆਚਾਰ ਦਾ ਇੱਕ ਅੰਗ ਹੈ, ਕਹਿਣ ਦਾ ਮਤਲਬ। ਪਰ ਲੋਕਧਾਰਾ ਸ਼ਾਸਤਰੀ ਹੈ ਜਿਹੜੇ ਸਾਡੇ, ਜਿਨ੍ਹਾਂ ਨੇ ਲੋਕਧਾਰਾ ਦੇ ਉੱਪਰ ਖੋਜ ਸਰਚ ਵਿਚਾਰ ਕੀਤੀ ਹੈ, ਉਹ ਕਹਿੰਦੇ ਵੀ ਲੋਕ ਜਿਹੜੇ ਹੈਗੇ ਆ, ਲੋਕ ਸੱਭਿਆਚਾਰ ਹੈ ਜਿਹੜਾ, ਉਹ ਲੋਕਧਾਰਾ ਦਾ ਇੱਕ ਤੱਤ ਹੈ। ਉਹ ਉਲਟਾ ਕਹਿੰਦੇ ਆ ਦੇ, ਉਹ ਕਹਿੰਦੇ ਵੀ ਇੱਕ ਤੱਤ ਹੈ ਲੋਕ ਸੱਭਿਆਚਾਰ ਹੈ ਜਿਹੜਾ, ਉਹ ਲੋਕਧਾਰਾ ਦਾ, ਯਾਦ ਰੱਖਣੀ ਹੈ ਤੁਸੀਂ। ਲੋਕ ਸਾਹਿਤ ਦੀ ਤੁਲਨਾ ਤਾਂ ਬਰਸਾਤੀ ਨਾਲਿਆਂ, ਨਦੀਆਂ ਨਾਲਿਆਂ ਦੇ ਨਾਲ ਕੀਤੀ ਜਾਂਦੀ ਹੈ, ਅਤੇ ਵਿਸ਼ਿਸ਼ਟ ਸਾਹਿਤ ਦੀ ਤੁਲਨਾ ਮੁਸਤਦੀਪ ਨਹਿਰ ਦੇ ਨਾਲ ਕੀਤੀ ਜਾਂਦੀ ਹੈ। ਦੋਨੇ ਗੱਲਾਂ ਤੁਸੀਂ ਯਾਦ ਰੱਖਣੀਆਂ, ਜਿਹੜੀ ਮਤਲਬ ਕੀ ਹੈ ਵੀ ਲੋਕ ਸਾਹਿਤ ਨੂੰ ਆਪਾਂ ਲੋਕਧਾਰਾ ਦੇ ਅੰਤਰਗਤ ਵਿਚਾਰਦੇ ਹਾਂ, ਲੋਕਧਾਰਾ ਦਾ ਇੱਕ ਪਾਰਟ ਹੈ ਲੋਕ ਸਾਹਿਤ। ਲੋਕਧਾਰਾ ਦੇ ਅੱਗੇ ਭਾਗ ਕਰੀਏ ਤਾਂ ਲੋਕ ਸਾਹਿਤ ਆਪਾਂ ਪਹਿਲਾਂ ਪੜ੍ਹਦੇ ਹਾਂ। ਮਤਲਬ ਲੋਕ ਸਾਹਿਤ ਦੀ ਤੁਲਨਾ ਤਾਂ ਬਰਸਾਤੀ ਨਦੀਆਂ ਨਾਲਿਆਂ ਨਾਲ ਕੀਤੀ ਜਾਂਦੀ ਹੈ, ਵਿਸ਼ਿਸ਼ਟ ਸਾਹਿਤ ਦੀ ਤੁਲਨਾ ਮੁਸਤਦੀਪ ਨਹਿਰ ਨਾਲ ਕੀਤੀ ਜਾਂਦੀ ਹੈ। ਜਦੋਂ ਕੋਈ ਲੋਕਧਾਰਾਈ ਵਰਤਾਰਾ ਵਿਸ਼ਲੇਸ਼ਣ ਦੇ ਅਮਲ ਵਿੱਚੋਂ ਲੰਘਦਾ ਹੈ ਤਾਂ ਉਹ ਲੋਕਧਾਰਾ ਦੀ ਚੀਜ਼ ਨਹੀਂ ਰਹਿੰਦਾ, ਸਗੋਂ ਸੱਭਿਆਚਾਰਕ ਦਸਤਾਵੇਜ਼ ਬਣ ਜਾਂਦਾ ਹੈ। ਜਦੋਂ ਕਿਸੇ, ਮੰਨ ਲਓ ਲੋਕਧਾਰਾ ਦੇ, ਜਦੋਂ ਕਿਸੇ ਟੌਪਿਕ ਨੂੰ ਆਪਾਂ ਉਹਦਾ ਵਿਸ਼ਲੇਸ਼ਣ ਸੰਸ਼ਲੇਸ਼ਣ ਕਰਦੇ ਹਾਂ ਤਾਂ ਉਸ ਸਥਿਤੀ ਦੇ ਵਿੱਚ ਉਹਦੇ ਸਮਾਜਿਕ ਮੁੱਲ ਨਿਕਲ ਕੇ ਬਾਹਰ ਆਉਂਦੇ ਆ, ਉਦੋਂ ਉਹ ਲੋਕਧਾਰਾ ਵਾਲਾ ਨਹੀਂ ਰਹਿੰਦਾ, ਉਦੋਂ ਸੱਭਿਆਚਾਰਕ ਬਣ ਜਾਂਦਾ। ਸਿਰਫ ਸ਼ਬਦਾਵਲੀ ਯਾਦ ਰੱਖਣੀ ਆ ਤੁਸੀਂ, ਬਹੁਤ ਇੰਪੋਰਟੈਂਟ ਗੱਲਾਂ ਸਿੱਧੀਆਂ ਭਾਵੇਂ ਰੱਟ ਕੇ ਚੱਲ ਜਾਓ ਮੇਰੇ ਵੱਲੋਂ। ਲਓ ਹੁਣ ਗੱਲ ਕਰਦੇ ਹਾਂ ਆਪਾਂ ਸੱਭਿਆਚਾਰ ਦੀ। ਹਾਂ, ਆਪਾਂ ਸੱਭਿਆਚਾਰ ਅਤੇ ਲੋਕਧਾਰਾ ਦਾ ਅੰਤਰ ਕੀਤਾ ਹੈ ਨਾ। ਆ ਜਾਓ ਸੱਭਿਆਚਾਰ। ਸੱਭਿਆਚਾਰ ਜਿਹੜਾ ਅੰਗਰੇਜ਼ੀ ਸ਼ਬਦ ਕਲਚਰ ਦਾ ਸਮਾਨਾਰਥਕ ਪੰਜਾਬੀ ਦੇ ਵਿੱਚ ਤੁਹਾਨੂੰ ਪਤਾ ਸੱਭਿਆਚਾਰ ਹੀ ਹੈ। ਆਰ ਵਨ ਟਿਲ ਨੇ ਕਲਚਰ ਦੇ ਅਰਥ ਕੀਤੇ ਆ ਧਰਤੀ ਵਾਹੁਣਾ ਜਾਂ ਧਰਤੀ ਜੋਤਣਾ, ਕਿਉਂਕਿ ਇਹ ਖੇਤੀਬਾੜੀ ਦੇ ਨਾਲ ਸੰਬੰਧਿਤ ਸ਼ਬਦ ਸੀ ਪਹਿਲਾਂ। ਇਹਦੀ ਪਰਿਭਾਸ਼ਾ ਈਬੀ ਟਾਇਲਰ ਕੀ ਕਹਿੰਦਾ, ਕਹਿੰਦਾ ਸੱਭਿਆਚਾਰ ਇੱਕ ਇਹੋ ਜਿਹੀ ਜਟਲ ਇਕਾਈ ਹੈ ਜਿਹਦੇ ਵਿੱਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰੀਤੀ ਰਿਵਾਜ, ਹੋਰ ਸਭ ਸਮਰੱਥਾਵਾਂ ਅਤੇ ਆਦਤਾਂ ਜੋ ਮਨੁੱਖ ਨੇ ਸਮਾਜ ਦੇ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕੀਤੀਆਂ ਹਨ, ਉਹ ਸ਼ਾਮਲ ਹਨ। ਇਹ ਯਾਦ ਰੱਖਣੀ ਹੈ ਪਰਿਭਾਸ਼ਾ ਈਬੀ ਟਾਇਲਰ ਦੀ। ਬ੍ਰਾਨਿਸਲਾਵ ਮੈਲਨੋਵਸਕੀ ਕੀ ਕਹਿੰਦਾ, ਕਹਿੰਦਾ ਵੀ ਸੱਭਿਆਚਾਰ ਉਹ ਜੰਤਰ ਹੈ ਜਿਸ ਰਾਹੀਂ ਮਨੁੱਖ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰਦਾ ਹੈ। ਬਹੁਤ ਇੰਪੋਰਟੈਂਟ ਪਰਿਭਾਸ਼ਾ। ਆ ਜਾਓ ਜੀ ਗੁਰਬਖਸ਼ ਸਿੰਘ ਫਰੈਂਕ ਦੀ। ਗੁਰਬਖਸ਼ ਸਿੰਘ ਫਰੈਂਕ ਦੀ ਜਿਹੜੀ ਹੈਗੀ ਹੈ ਉਹ ਪਰਿਭਾਸ਼ਾ ਸੁਣ ਲਓ। ਸੱਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ। ਉਹ ਕਹਿੰਦਾ ਵੀ ਸੱਭਿਆਚਾਰ ਇੱਕ ਜੁੱਟ, ਜੁੱਟ ਦਾ ਮਤਲਬ ਹੁੰਦਾ ਸਮੂਹ, ਅਤੇ ਜਟਿਲ ਮਤਲਬ ਜਿਹਦੀ ਬਣਾਵਟ ਹੈ, ਜਿਹਦੀ ਸੰਰਚਨਾ ਕਠਿਨ ਹੋਵੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਜਟਿਲ। ਜਟਿਲ ਮਤਲਬ ਸੱਭਿਆਚਾਰ ਦੀ ਸੰਰਚਨਾ ਜਿਹੜੀ ਉਹ ਸੌਖੀ ਨਹੀਂ ਗੀ, ਸਰਲ ਨਹੀਂ ਗੀ, ਜਟਿਲ ਹੈ। ਸੱਭਿਆਚਾਰ ਇੱਕ ਜੁੱਟ ਅਤੇ ਜਟਿਲ ਸਿਸਟਮ ਹੈ ਜਿਸ ਵਿੱਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਿਕ ਪੜਾਅ ਉੱਤੇ ਪ੍ਰਚਲਿਤ ਕਦਰਾਂ ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਥਕ ਅਤੇ ਬੌਧਿਕ ਵਰਤਾਰੇ ਸ਼ਾਮਿਲ ਹੁੰਦੇ ਹਨ। ਗੁਰਬਖਸ਼ ਸਿੰਘ ਫਰੈਂਕ, ਤੁਹਾਨੂੰ ਪਤਾ ਹੀ ਹੈ ਇਹ ਪਰਿਭਾਸ਼ਾ, ਤੁਸੀਂ ਯਾਦ ਰੱਖਣੀ ਹੈ। ਸੱਭਿਆਚਾਰ ਦੇ ਲੱਛਣ ਦੇਖ ਲਓ ਜੀ। ਸੱਭਿਆਚਾਰ ਇੱਕ ਪ੍ਰਬੰਧ ਹੈ, ਇੱਕ ਸਿਸਟਮ ਹੈ। ਇਹ ਕਿਹੜਾ ਆ?
ਜਟਿਲ ਅਤੇ ਜੁੱਟ ਪ੍ਰਬੰਧ, ਗੁਰਬਖਸ਼ ਸਿੰਘ ਫਰੈਂਕ ਦੀ ਪਰਿਭਾਸ਼ਾ ਦੇ ਵਿੱਚ ਲਿਖੀ ਹੋਈ ਗੱਲ ਉਹੀ ਇੱਥੇ ਆਊਗੀ। ਜਟਿਲ ਅਤੇ ਜੁੱਟ ਪ੍ਰਬੰਧ ਹੈ ਸਾਰੇ ਭਾਗ ਦੇ ਸੱਭਿਆਚਾਰ ਦੇ ਜਿੰਨੇ ਵੀ ਥੱਲੇ ਅੰਗ ਭਾਗ ਬਣੇ ਹੋਏ ਆ ਉਹ ਸਾਰੇ ਇੱਕ ਦੂਸਰੇ ਨਾਲ ਇਸ ਤਰ੍ਹਾਂ ਸੰਗਠਨ ਹੁੰਦੇ ਹਨ ਕਿ ਨਿਰੰਤਰ ਬਦਲਦੇ ਰਹਿੰਦੇ ਹਨ। ਜੇ ਮੰਨ ਲਓ ਸੱਭਿਆਚਾਰ ਦੇ ਕਿਸੇ ਇੱਕ ਪੱਖ ਜਾਂ ਕਿਸੇ ਇੱਕ ਭਾਗ ਦੇ ਵਿੱਚ ਮੰਨ ਲਓ ਪਰਿਵਰਤਨ ਆਉਂਦਾ ਤਾਂ ਸਮੁੱਚੇ ਸੱਭਿਆਚਾਰ ਪ੍ਰਬੰਧ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦਾ ਪਰਿਵਰਤਨ ਆ ਜਾਂਦਾ। ਜਿਵੇਂ ਮੰਨ ਲਓ ਕੋਈ ਮਸ਼ੀਨ ਹੈ, ਮਸ਼ੀਨ ਦੇ ਵਿੱਚ ਆਪਾਂ ਇੱਕ ਪੁਰਜਾ ਜੇ ਮੰਨ ਲਓ ਕੋਈ ਹੋ ਗਿਆ ਇਹ ਉਸ ਪੁਰਜੇ ਨੂੰ ਆਪਾਂ ਬਦਲਤਾ, ਉਸ ਪੁਰਜੇ ਦੀ ਸਥਿਤੀ ਬਦਲੀ ਤਾਂ ਉਸ ਦਾ ਪ੍ਰਭਾਵ ਸਾਰੀ ਦੀ ਸਾਰੀ ਮਸ਼ੀਨ ਦੇ ਉੱਪਰ ਪੈਂਦਾ। ਸੱਭਿਆਚਾਰ ਗ੍ਰਹਿਣ ਕੀਤਾ ਜਾਂਦਾ ਬਈ ਅਭਿਆਸ ਦੁਆਰਾ, ਗ੍ਰਹਿਣ ਕੀਤਾ ਜਾਂਦਾ ਅਭਿਆਸ ਦੁਆਰਾ। ਐਵੇਂ ਨਹੀਂ ਇਹ ਜੀਨਸ ਦੇ ਥਰੂ ਨਹੀਂ ਮਿਲਦਾ ਆਪਾਂ ਨੂੰ, ਵੀ ਐਂ ਨਹੀਂ ਹੈ ਵੀ ਆਪਾਂ ਜਨਮ ਹੋਇਆ ਆਪਣਾ ਅਤੇ ਨਾਲ ਹੀ ਆਪਾਂ ਨੂੰ ਸੱਭਿਆਚਾਰ ਪ੍ਰਾਪਤ ਹੋ ਜੂਗਾ। ਨਹੀਂ, ਇਹ ਕਿਵੇਂ ਮਿਲਦਾ? ਇਹ ਗ੍ਰਹਿਣ ਕੀਤਾ ਜਾਂਦਾ ਅਭਿਆਸ ਕਰ ਕਰਕੇ। ਮਨੁੱਖ ਦਾ ਜਿਹੜਾ ਹੈਗਾ ਸਮਾਜਿਕ ਵਿਰਸਾ ਹੈ, ਸੱਭਿਆਚਾਰ ਹੈ ਜਿਹੜਾ ਇਹ ਮਨੁੱਖ ਦਾ ਸਮਾਜਿਕ ਵਿਰਸਾ ਹੈ, ਜੀਵ ਵਿਗਿਆਨ ਵਿਰਸਾ ਨਹੀਂ ਗਾ। ਇਹ ਤਾਂ ਕਰਕੇ ਹੈ ਕਿਉਂਕਿ ਸਮਾਜਿਕ ਵਿਰਸਾ ਜਿਹੜਾ ਸਮਾਜ ਦੇ ਵਿੱਚ ਰਹਿੰਦਿਆਂ ਹੋਏ ਕੋਈ ਵੀ ਚੀਜ਼ ਹੈ ਜਿਹੜੀ ਉਹ ਤੁਹਾਨੂੰ ਸੁੱਤੇ ਸਿੱਧ ਵੈਸੇ ਹੀ ਪ੍ਰਾਪਤ ਨਹੀਂ ਹੋ ਜਾਂਦੀ, ਉਹਦੇ ਵਾਸਤੇ ਅਭਿਆਸ ਕਰਨਾ ਪੈਂਦਾ। ਜਮਾਂਦਰੂ ਜਾਂ ਵਿਰਾਸਤ ਵਾਂਗ ਗ੍ਰਹਿਣ ਨਹੀਂ ਕੀਤਾ ਜਾਂਦਾ ਸੱਭਿਆਚਾਰ ਨੂੰ। ਕੋਈ ਐਵੇਂ ਨਹੀਂ ਗਾ ਵੀ ਕਿਸੇ ਦੀ ਵਿਰਾਸਤੀ ਇਹ ਸੰਪਤੀ ਹੈ, ਨਹੀਂ ਗੀ, ਨਾ ਇਹਨੂੰ ਜਮਾਂਦਰੂ ਹੀ ਜਿਵੇਂ ਪੀੜ੍ਹੀ ਦਰ ਪੀੜ੍ਹੀ ਨਹੀਂ, ਮਤਲਬ ਜੀਨਸ ਦੇ ਦੁਆਰਾ ਜਿਹਨੂੰ ਆਪਾਂ ਕਹਿ ਦਿੰਦੇ, ਜਮਾਂਦਰੂ ਨਹੀਂ ਮਿਲਦਾ ਕਿਸੇ ਨੂੰ ਵੀ ਕੋਈ ਜਨਮਿਆ ਅਤੇ ਉਦੋਂ ਹੀ ਉਹਨੂੰ ਸੱਭਿਆਚਾਰ ਬਾਰੇ ਪਤਾ ਲੱਗ ਜੂਗਾ। ਨਹੀਂ, ਸਗੋਂ ਅਭਿਆਸ ਦੁਆਰਾ ਸਿੱਖਿਆ ਜਾਂਦਾ। ਮਨੁੱਖ ਦੀ ਹਰ ਨਵੀਂ ਪੁਸ਼ਤ ਪੀੜ੍ਹੀ ਹੈ ਜਿਹੜੀ ਉਹਨੂੰ ਸੱਭਿਆਚਾਰ ਨਵੇਂ ਸਿਰੇ ਤੋਂ ਸਿੱਖਣਾ ਪੈਂਦਾ। ਹਰ ਨਵੀਂ ਪੀੜ੍ਹੀ ਹੈ ਉਹ ਪਿਛਲੀ ਪੀੜ੍ਹੀ ਤੋਂ ਸੱਭਿਆਚਾਰ ਪ੍ਰਾਪਤ ਕਰਦੀ ਹੈ, ਪਰ ਉਸ ਪੀੜ੍ਹੀ ਨੂੰ ਵੇਖ ਵੇਖ ਕੇ ਉਹ ਜਿਵੇਂ ਜਿਵੇਂ ਸੱਭਿਆਚਾਰ ਅਪਣਾਉਂਦੀ ਹੈ ਉਵੇਂ ਉਵੇਂ ਅਗਲੀ ਪੀੜ੍ਹੀ, ਇਸ ਕਰਕੇ ਇਹ ਜਮਾਂਦਰੂ ਨਹੀਂ ਹੈ। ਸੱਭਿਆਚਾਰ ਪਰਿਵਰਤਨਸ਼ੀਲ ਹੈ ਬਈ, ਕੋਈ ਵੀ ਸਮਾਜ ਹੈ ਜਿਹੜਾ ਉਹ ਸੱਭਿਆਚਾਰ ਤੋਂ ਸੱਖਣਾ ਖਾਲੀ ਨਹੀਂ ਗਾ। ਕੋਈ ਵੀ ਸਮਾਜ ਹੈ ਉਹਦੇ ਵਿੱਚ ਸੱਭਿਆਚਾਰ ਜ਼ਰੂਰ ਹੈਗਾ। ਹਰ ਸਮਾਜ ਜਿਹੜਾ ਸੱਭਿਆਚਾਰ ਰੱਖਦਾ ਹੈ ਨਿਰੰਤਰ ਪਰਿਵਰਤਨ ਦੇ ਅਮਲ ਵਿੱਚੋਂ ਲੰਘ ਰਿਹਾ ਹੁੰਦਾ ਹੈ। ਸੱਭਿਆਚਾਰ ਸਰਵ ਵਿਆਪਕ ਹੁੰਦਾ, ਜਿਹੜੀ ਚੀਜ਼ ਹਰ ਜਗ੍ਹਾ 'ਤੇ ਮੌਜੂਦ ਹੋਵੇ। ਜਿੱਥੇ ਜਿੱਥੇ ਸਮਾਜ ਹੋਊਗਾ ਉੱਥੇ ਉੱਥੇ ਸੱਭਿਆਚਾਰ ਵੀ ਹੋਊਗਾ, ਜਿੱਥੇ ਮਨੁੱਖੀ ਸਮਾਜ ਹੋਊਗਾ ਉੱਥੇ ਸੱਭਿਆਚਾਰ ਵੀ ਹੋਊਗਾ। ਹਰ ਸੱਭਿਆਚਾਰ ਦੇ ਕੁਝ ਮੁੱਖ ਅੰਗ ਸਾਂਝੇ ਹੁੰਦੇ ਆ, ਹਰ ਸੱਭਿਆਚਾਰ ਦੇ ਵਿੱਚ ਕੁਝ ਅੰਗ ਸਾਂਝੇ ਹੈ, ਸਾਰੇ ਸਾਂਝੇ ਨਹੀਂ ਗੇ। ਹਰ ਸਮਾਜ ਦਾ ਆਪਣਾ ਇੱਕ ਵੱਖਰਾ ਸੱਭਿਆਚਾਰ ਹੈ, ਗੱਲ ਕਲੀਅਰ ਹੈ ਇਹ ਤਾਂ, ਪਰ ਕੁਝ ਕੁ ਅੰਗ ਸੱਭਿਆਚਾਰ ਦੇ ਐਵੇਂ ਹੈ ਜੋ ਹਰ ਸੱਭਿਆਚਾਰ ਦੇ ਵਿੱਚ ਕੋਮਨ ਹੈ। ਦੇਖੋ ਕਿਹੜੇ ਕਿਹੜੇ, ਭਾਸ਼ਾ ਹਰ ਸੱਭਿਆਚਾਰ ਦੇ ਵਿੱਚ ਹੀ ਹੁੰਦੀ ਹੈ, ਠੀਕ ਹੈ ਭਾਸ਼ਾ ਅਲੱਗ ਅਲੱਗ ਹੋ ਸਕਦੀ ਹੈ ਪਰ ਭਾਸ਼ਾ ਤਾਂ ਹੈਗੀ ਹੈ ਨਾ। ਲੋਕਧਾਰਾ, ਧਰਮ, ਦਰਸ਼ਨ, ਸ਼ਿਲਪ ਕਲਾ, ਇਹ ਹੈ ਜਿਹੜੇ ਇਹ ਸੱਭਿਆਚਾਰ ਦੇ ਅੰਗ ਹੈ ਜਿਹੜੇ ਹਰ ਸੱਭਿਆਚਾਰ ਦੇ ਵਿੱਚ ਕੋਮਨ ਹੈ। ਇਹ ਸਰਵ ਵਿਆਪਕ ਹੋਣ ਦੇ ਬਾਵਜੂਦ ਵੀ ਹਰ ਸੱਭਿਆਚਾਰ ਦੀ ਆਪਣੀ ਇੱਕ ਨਿਵੇਕਲੀ ਹੋਂਦ ਅਤੇ ਪਹਿਚਾਣ ਹੁੰਦੀ ਹੈ। ਮਨੁੱਖੀ ਲੋੜਾਂ ਦੀ ਪੂਰਤੀ ਕਰਦਾ ਵੀ ਸੱਭਿਆਚਾਰ, ਹਰ ਲੋੜ ਨੂੰ ਪੂਰਾ ਕਰਨ ਵਾਸਤੇ ਸਿਰਜੀ ਗਈ ਸਿਰਜਣਾ ਦਾ ਕੋਈ ਨਾ ਕੋਈ ਮਨੋਰਥ ਜ਼ਰੂਰ ਹੁੰਦਾ। ਸੱਭਿਆਚਾਰ ਦੇ ਜਿੰਨੇ ਵੀ ਅੰਗ ਹੈ, ਜਿੰਨੇ ਵੀ ਅੰਗਾਂ ਦੀ ਸਿਰਜਣਾ ਨਿਰਮਾਣ ਕੀਤਾ ਗਿਆ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਮਨੋਰਥ ਹੈ, ਉਦੇਸ਼ ਹੈ। ਵੈਸੇ ਵੀ ਕਿਹਾ ਜਾਂਦਾ ਵੀ ਕੋਈ ਵੀ ਰਚਨਾ, ਸਾਹਿਤਕ ਰਚਨਾ, ਉਹ ਮਨੋਰਥ ਤੋਂ ਉਦੇਸ਼ ਤੋਂ ਰਹਿਤ ਨਹੀਂ ਹੋ ਸਕਦੀ। ਹਰ ਸੱਭਿਆਚਾਰਕ ਸਿਰਜਣਾ ਕਿਸੇ ਪੱਧਰ 'ਤੇ ਮਾਨਵੀ ਲੋੜਾਂ ਦੀ ਉਪਜ ਹੈ। ਮੈਲਨੋਵਸਕੀ ਨੇ ਸੱਭਿਆਚਾਰ ਨੂੰ ਮਨੁੱਖ ਦੀ ਪ੍ਰਾਥਮਿਕ ਅਤੇ ਗੌਣ ਲੋੜਾਂ ਦੀ ਸੰਤੁਸ਼ਟੀ ਕਰਨ ਦੀ ਮੁੱਢਲੀ ਸ਼ਰਤ ਵਜੋਂ ਦਰਸਾਇਆ ਹੈ। ਆ ਯਾਦ ਰੱਖਣੀ ਹੈ ਤੁਸੀਂ ਗੱਲ। ਅਗਲੀ ਗੱਲ ਸੁਣੋ, ਸੱਭਿਆਚਾਰ ਮਨੁੱਖੀ ਸਮਾਜ ਦਾ ਵਰਤਾਰਾ ਹੈ ਜੀ, ਸੱਭਿਆਚਾਰ ਮਨੁੱਖ ਦੀ ਸਮੂਹਿਕ ਸਿਰਜਣਾ ਹੈ, ਇਹ ਮਨੁੱਖੀ ਸਮਾਜ ਦਾ ਵਰਤਾਰਾ ਹੈ। ਔਰ ਇਹ ਕੀ ਕਹਿੰਦਾ ਰੂਥ ਬਨੇਡਿਕਟ, ਕੀ ਕਹਿੰਦਾ? ਕੋਈ ਵੀ ਵਿਅਕਤੀ ਆਪਣੇ ਸੱਭਿਆਚਾਰ ਵਿੱਚ ਜਿਸ ਵਿੱਚ ਕਿ ਉਹ ਰਹਿ ਰਿਹਾ ਹੁੰਦਾ ਹੈ
ਤੋਂ ਬਿਨਾਂ ਆਪਣੀ ਸੰਭਾਵਨਾਵਾਂ ਦੇ ਦੂਰ ਤੱਕ ਨਹੀਂ ਪਹੁੰਚ ਸਕਦਾ। ਜੇ ਮੰਨ ਲਓ ਕੋਈ ਬੰਦਾ ਕਿਸੇ ਵੀ ਸਮਾਜ ਨਾਲ ਜੁੜਿਆ, ਉਸ ਸਮਾਜ ਦਾ ਸੱਭਿਆਚਾਰ ਉਸ ਨੂੰ ਅਪਣਾਉਣਾ ਹੀ ਪਊਗਾ। ਅਗਲੀ ਗੱਲ ਦੇਖੋ, ਐਡਮੰਡ ਲੀਚ ਦੀ ਇੱਕ ਪਰਿਭਾਸ਼ਾ ਹੈ ਦਿੱਤੀ ਹੋਈ ਹੈ, ਕਹਿੰਦਾ ਸੱਭਿਆਚਾਰਕ ਵਰਤਾਰੇ ਦੀ ਬੁਨਿਆਦੀ ਬਣਤਰ ਦੀ ਖੋਜ ਕਰਦਿਆਂ ਅਸੀਂ ਮਨੁੱਖੀ ਸੁਭਾਅ ਬਾਰੇ ਨਵੀਆਂ ਖੋਜਾਂ ਕਰ ਰਹੇ ਹੁੰਦੇ ਹਾਂ। ਸੱਭਿਆਚਾਰ ਦੀ ਸੰਚਿਤ ਹੋਣ ਦੀ ਵਿਲੱਖਣਤਾ, ਸੱਭਿਆਚਾਰ ਦੀ ਸੰਚਿਤ ਮਤਲਬ ਇਕੱਠਾ, ਸੱਭਿਆਚਾਰ ਦੀ ਇੱਕ ਵਿਲੱਖਣਤਾ, ਅਲੱਗ ਪਹਿਚਾਣ ਹੈ, ਸੰਚਿਤ ਹੁੰਦਾ ਕਿਵੇਂ। ਪਦਾਰਥਕ ਸੱਭਿਆਚਾਰ ਜਿਹੜਾ ਹੁੰਦਾ ਹੈ ਆਪਣੀ ਹਰ ਕਿਰਤ ਸੰਭਾਲ ਕੇ ਰੱਖਦਾ, ਇਸ ਨੂੰ ਕਿਹਾ ਜਾਂਦਾ ਸੰਚਿਤ ਹੋਣਾ, ਆਪਣੀ ਹਰ ਕਿਰਤ ਨੂੰ ਇਕੱਠੀ ਕਰਕੇ ਰੱਖਣਾ। ਪਦਾਰਥਕ ਸੱਭਿਆਚਾਰ ਦੀ ਗੱਲ ਕੀਤੀ ਹੈ ਮੈਂ, ਅੱਗੇ ਸੱਭਿਆਚਾਰ ਦੇ ਪ੍ਰਕਾਰ ਆਉਣਗੇ, ਉਹਦੇ ਵਿੱਚ ਇੱਕ ਪਦਾਰਥਕ ਸੱਭਿਆਚਾਰ ਹੋਊਗਾ, ਉਦੋਂ ਤੁਹਾਨੂੰ ਪਤਾ ਲੱਗ ਜੂ ਪਦਾਰਥਕ ਸੱਭਿਆਚਾਰ ਕੀ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਮਨੁੱਖ ਦੇ ਸੱਭਿਆਚਾਰਕ ਵਿਕਾਸ ਦੀ ਗਤੀ ਤੇਜ਼ ਹੁੰਦੀ ਹੈ। ਪ੍ਰਤੀਕ ਪ੍ਰਬੰਧ ਹੁੰਦੇ ਆ ਜੀ, ਅੱਜ ਕੱਲ੍ਹ ਸੱਭਿਆਚਾਰ ਨੂੰ ਪ੍ਰਤੀਕ ਪ੍ਰਬੰਧ ਵਜੋਂ ਮੰਨਿਆ ਜਾਣ ਲੱਗਾ, ਵੀ ਇਹ ਸਾਡੇ ਪ੍ਰਤੀਕ ਪ੍ਰਬੰਧ ਹੈ ਜੀ। ਪ੍ਰਤੀਕ ਸੱਭਿਆਚਾਰ ਦੇ ਅੰਗ, ਸੱਭਿਆਚਾਰ ਦੇ ਭਾਗ ਤਿੰਨ, ਪਦਾਰਥਕ ਸੱਭਿਆਚਾਰ ਆ ਗਿਆ ਨਾ, ਆਹ ਜਿਹੜਾ ਸੱਤਵੇਂ ਨੰਬਰ ਵਾਲੇ ਟੋਪਿਕ ਦਾ, ਪਦਾਰਥਕ, ਪ੍ਰਤੀਮਾਨਕ ਸੱਭਿਆਚਾਰ ਅਤੇ ਬੋਧਾਤਮਕ ਸੱਭਿਆਚਾਰ। ਪਦਾਰਥਕ ਸੱਭਿਆਚਾਰ ਦੇਖ ਲਓ ਕਿਹੜਾ ਹੈ, ਉਹ ਅਵਸਥਾ ਜੋ ਮਨੁੱਖ ਨੇ ਸਿਰਜੀਆਂ ਹਨ, ਮਨੁੱਖ ਵਰਤਦਾ ਹੈ, ਜਿਵੇਂ ਕੰਮ ਧੰਦੇ, ਸਾਜੋ ਸਮਾਨ, ਪਹਿਰਾਵਾ, ਹਾਰ ਸ਼ਿੰਗਾਰ, ਰਹਿਣ ਸਹਿਣ, ਖਾਣ ਪੀਣ, ਇਹ ਚੀਜ਼ਾਂ ਤਾਂ ਪਦਾਰਥਕ ਸੱਭਿਆਚਾਰ ਦੇ ਅੰਤਰਗਤ ਆਉਂਦੀਆਂ। ਪ੍ਰਤੀਮਾਨਕ ਸੱਭਿਆਚਾਰ ਕਿਹੜੇ ਹੁੰਦੇ ਆ, ਫਰੈਂਕ ਕੀ ਕਹਿੰਦਾ, ਗੁਰਬਖਸ਼ ਸਿੰਘ ਫਰੈਂਕ ਕਹਿੰਦਾ, ਇਹ ਮਨੁੱਖੀ ਵਿਵਹਾਰ ਲਈ ਪ੍ਰਤੀਮਾਨ ਜਾਂ ਨਿਯਮ ਸਥਾਪਿਤ ਕੀਤੇ ਹੁੰਦੇ ਹਨ ਅਤੇ ਮਨੁੱਖੀ ਵਿਵਹਾਰ ਨੂੰ ਨਿਯਮਿਤ ਕਰਕੇ ਇਹ ਅਗਵਾਈ ਦਿੱਤਾ ਹੈ, ਇਹਨੂੰ ਕਿਹਾ ਜਾਂਦਾ ਪ੍ਰਤੀਮਾਨਕ ਸੱਭਿਆਚਾਰ। ਕੁਝ ਨਿਯਮ ਨਿਰਧਾਰਿਤ ਕੀਤੇ ਸਮਾਜ ਦੇ ਵਿੱਚ ਰਹਿਣ ਦੇ, ਉਹਨਾਂ ਨੂੰ ਆਪਾਂ ਅਤੀਕ੍ਰਮਣ ਨਹੀਂ ਕਰ ਸਕਦੇ, ਹੈ ਨਾ। ਵੀ ਜਿਵੇਂ ਸਰੀਰਕ ਸੰਬੰਧ ਦੀ ਗੱਲ ਹੈ, ਸਰੀਰਕ ਸੰਬੰਧ, ਫਿਜੀਕਲ ਰਿਲੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ, ਉਹ ਪਸ਼ੂਆਂ ਦੇ ਵਿੱਚ ਦੇਖ ਲਓ, ਪਸ਼ੂ ਆ ਜਿਹੜੇ ਉਹ ਕਿਤੇ ਵੀ ਇਹ ਕਿਰਿਆ ਕਰ ਲੈਂਦੇ ਆ, ਇੱਕ ਤੁਹਾਨੂੰ ਗੱਲ ਸਮਝਾਉਣਾ। ਪਰ ਮਨੁੱਖ ਅੰਤ ਤੱਕ ਆਪਣੀਆਂ ਸੰਭਾਵਨਾਵਾਂ ਹੰਡਾਉਂਦਾ ਹੈ, ਉਹ ਕਦੇ ਵੀ ਉਸ ਚੀਜ਼ ਦਾ ਅਤੀਕ੍ਰਮਣ ਨਹੀਂ ਕਰੂਗਾ, ਕਿਉਂਕਿ ਸਮਾਜ ਉਸ ਨੂੰ ਇਹ ਚੀਜ਼ ਇਜਾਜ਼ਤ ਨਹੀਂ ਦਿੰਦਾ। ਇਹਨੂੰ ਕਿਹਾ ਜਾਂਦਾ ਪ੍ਰਤੀਮਾਨਕ ਸੱਭਿਆਚਾਰ। ਇਹ ਦੋ ਤਰ੍ਹਾਂ ਦਾ ਹੁੰਦਾ, ਨਿਰਦੇਸ਼ਾਤਮਕ ਅਤੇ ਨਿਖੇਧਾਤਮਕ। ਨਿਰਦੇਸ਼ ਦੇਣਾ ਵੀ ਇਹ ਕਰੋ, ਨਿਖੇਧਾਤਮਕ ਹੁੰਦਾ ਇਹ ਨਾ ਕਰੋ। ਵੈਸੇ ਹੀ ਕੋਮਨ ਹੀ ਆ, ਹੋਰ ਕੁਛ ਨਹੀਂ ਗਾ, ਅਸਲੀ ਗੱਲ ਤਾਂ ਉੱਤੇ ਹੀ ਰਹਿ ਗਈ ਫਰੈਂਕ ਵਾਲੀ, ਜਿੱਥੋਂ ਪ੍ਰਸ਼ਨ ਬਣਨਾ ਹੋਊਗਾ। ਬੋਧਾਤਮਕ ਸੱਭਿਆਚਾਰ, ਜਿਵੇਂ ਵਿਚਾਰ, ਵਤੀਰੇ, ਵਿਸ਼ਵਾਸ ਕਰਨਾ, ਕੋਈ ਸਾਹਿਤ ਹੋਇਆ, ਕਲਾ ਹੋਇਆ, ਧਰਮ, ਇਤਿਹਾਸ, ਫਲਸਫਾ, ਇਹ ਸਾਰੇ ਬੋਧਾਤਮਕ ਸੱਭਿਆਚਾਰ, ਮਤਲਬ ਬੁੱਧੀ ਦੇ ਨਾਲ ਸੰਬੰਧਿਤ ਸੱਭਿਆਚਾਰ ਆ ਜਿਹੜਾ, ਉਹਨੂੰ ਬੋਧਾਤਮਕ ਸੱਭਿਆਚਾਰ ਕਹਿੰਦੇ ਆ। ਅੱਗੇ ਆਪਾਂ ਗੱਲ ਕਰਦੇ ਹਾਂ ਲੋਕਧਾਰਾ ਬਾਰੇ। ਫੋਕਲੋਰ ਸ਼ਬਦ ਹੈ ਜਿਹੜਾ, ਅੰਗਰੇਜ਼ੀ ਦੇ ਵਿੱਚ ਲੋਕਧਾਰਾ ਵਾਸਤੇ ਫੋਕਲੋਰ ਸ਼ਬਦ ਵਰਤਿਆ ਜਾਂਦਾ। ਇਹਦੀ ਵਰਤੋਂ 1846 ਦੇ ਵਿੱਚ ਵਿਲੀਅਮ ਜਾਨ ਥਾਮਸ ਨੇ ਕੀਤੀ ਸੀ ਅੰਗਰੇਜ਼ੀ ਵਿੱਚ। ਪੰਜਾਬੀ ਵਿੱਚ ਫੋਕਲੋਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਬਾਬਾ ਬੁੱਧ ਸਿੰਘ ਨੇ ਰਾਜਾ ਰਸਾਲੂ ਦੇ ਵਿੱਚ ਕੀਤੀ ਹੈ। ਬਈ ਬਾਬਾ ਬੁੱਧ ਸਿੰਘ ਪਹਿਲਾ ਪੰਜਾਬੀ ਆਲੋਚਕ ਹੈ, ਧਿਆਨ ਰੱਖਣਾ ਤੁਸੀਂ। ਹੰਸ ਚੋਗ, ਕੋਇਲ ਕੂਹ ਅਤੇ ਬੰਬੀਹਾ ਬੋਲ ਤਿੰਨ ਪੁਸਤਕਾਂ ਲਿਖਦਾ, ਉਹਦੇ ਵਿੱਚ ਇੱਕ ਰਾਜਾ ਰਸਾਲੂ ਉਹ ਲਿਖਦਾ ਲੇਖ, ਜਿਹਦੇ ਵਿੱਚ ਫੋਕਲੋਰ ਸ਼ਬਦ ਦੀ ਵਰਤੋਂ ਕਰਦਾ। ਵਣਜਾਰਾ ਬੇਦੀ ਨੇ ਇੱਕ ਗੱਲ ਕਹੀ ਹੈ ਬਾਬਾ ਬੁੱਧ ਸਿੰਘ ਬਾਰੇ, ਉਹ ਕਹਿੰਦਾ ਵੀ ਬਾਬਾ ਬੁੱਧ ਸਿੰਘ ਨੇ ਫੋਕਲੋਰ ਸ਼ਬਦ, ਮਤਲਬ ਅੰਗਰੇਜ਼ੀ ਵਾਲਾ ਹੀ ਸ਼ਬਦ ਪੰਜਾਬੀ 'ਚ ਹੂ ਬਹੂ, ਮਤਲਬ ਜਿਹਨੂੰ ਆਪਾਂ ਕਹਿ ਦਿੰਦੇ ਤਤਸਮ ਸ਼ਬਦ ਵਰਤਿਆ, ਤਿੰਨ ਵਾਰ ਵਰਤਿਆ ਜੀ ਵਣਜਾਰਾ ਬੇਦੀ ਦੇ ਅਨੁਸਾਰ। ਇੱਕ ਵਾਰ ਤਾਂ ਫੋਕਲੋਰ ਵਰਤਿਆ ਅਤੇ ਦੂਜੀ ਅਤੇ ਤੀਜੀ ਵਾਰ ਉਹਨੇ ਕਹਾਣੀ ਸ਼ਬਦ ਵਰਤਿਆ, ਫੋਕਲੋਰ ਨੂੰ ਪੰਜਾਬੀ ਵਿੱਚ ਅਨੁਵਾਦ ਉਹਨੇ ਕਹਾਣੀ ਕੀਤਾ ਬਾਬਾ ਬੁੱਧ ਸਿੰਘ ਨੇ। ਇਹ ਗੱਲ ਕੌਣ ਕਹਿੰਦਾ, ਵਣਜਾਰਾ ਬੇਦੀ, ਸੁਹਿੰਦਰ ਸਿੰਘ ਵਣਜਾਰਾ ਬੇਦੀ ਕਹਿੰਦਾ। ਵਣਜਾਰਾ ਬੇਦੀ ਨੇ ਖੁਦ, ਆਹ ਸਾਰੇ ਲੋਕਧਾਰਾ ਸ਼ਾਸਤਰੀ ਹੈ, ਵਣਜਾਰਾ ਬੇਦੀ ਹੋਇਆ, ਜਿਵੇਂ ਕਰਨੈਲ ਸਿੰਘ ਥਿੰਦ ਹੋਇਆ, ਇੱਕ ਆਪਾਂ ਹੋਰ ਪੜ੍ਹਦੇ ਹੁੰਦੇ ਹਾਂ ਨਾ,
ਜਿਹਦਾ ਗਿੱਧਾ ਲੇਖ ਹੈ ਦਵਿੰਦਰ ਸਤਿਆਰਥੀ। ਹਾਂ, ਵਣਜਾਰਾ ਬੇਦੀ ਨੇ ਫੋਕਲੋਰ ਵਾਸਤੇ ਲੋਕਧਾਰਾ ਸ਼ਬਦ ਦੀ ਵਰਤੋਂ ਕੀਤੀ ਹੈ। ਲੋਕਧਾਰਾ ਸ਼ਬਦ ਆਪਾਂ ਲੋਕਧਾਰਾ ਟੋਪਿਕ ਪੜ੍ਹ ਰਹੇ ਹਾਂ, ਇਹਨੂੰ ਲੋਕਧਾਰਾ ਨਾਮ ਵਣਜਾਰਾ ਬੇਦੀ ਨੇ ਦਿੱਤਾ। ਡਾਕਟਰ ਹਰਭਜਨ ਸਿੰਘ ਪ੍ਰਸਿੱਧ ਪੰਜਾਬੀ ਕਵੀ ਹੈ ਜਿਹੜਾ, ਉਹਨੇ ਇਹਨੂੰ ਕਿਹਾ ਸੀ ਲੋਕ ਵੇਦ। ਪ੍ਰਿੰਸੀਪਲ ਤੇਜਾ ਸਿੰਘ ਨੇ ਨਾਮ ਲਿਆ ਸੀ ਲੋਕ ਪਰੰਪਰਾ। ਪ੍ਰਸਿੱਧ ਨਿਬੰਧਕਾਰ ਜਿਹੜਾ, ਪਾਕਿਸਤਾਨੀ ਲੇਖਕ ਜਿੰਨੇ ਵੀ ਪੰਜਾਬੀ ਲੇਖਕ ਹੋਏ ਆ ਉਹ ਇਸ ਨੂੰ ਲੋਕ ਵਿਰਸਾ ਨਾਮ ਦਿੰਦੇ ਆ ਫੋਕਲੋਰ ਨੂੰ। ਅੱਛਾ, ਕਰਨੈਲ ਸਿੰਘ ਥਿੰਦ ਨੇ ਇਹਨੂੰ ਨਾਮ ਦਿੱਤਾ ਲੋਕ ਯਾਨ। ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਫੋਕ ਦਾ ਮਤਲਬ ਤਾਂ ਲੋਕ ਬਣਦਾ ਅਤੇ ਫੋਕਲੋਰ ਲੋਰ ਦਾ ਮਤਲਬ ਬਣਦਾ ਯਾਨ ਜਾਂ ਧਾਰਾ। ਅੱਛਾ, ਵਣਜਾਰਾ ਬੇਦੀ ਨੇ ਤਾਂ ਲੋਕ ਧਾਰਾ ਸ਼ਬਦ ਵਰਤ ਲਿਆ, ਕਰਨੈਲ ਸਿੰਘ ਥਿੰਦ ਨੇ ਲੋਕ ਯਾਨ ਸ਼ਬਦ ਵਰਤ ਲਿਆ। ਠੀਕ ਹੈ, ਗੱਲਾਂ ਕਲੀਅਰ ਆ, ਬਹੁਤ ਇੰਪੋਰਟੈਂਟ ਗੱਲਾਂ ਯਾਦ ਰੱਖਣੀਆਂ। ਤੁਸੀਂ ਅੱਗੇ ਆ ਜਾਓ ਲੋਕਧਾਰਾ ਦੀ ਪਰਿਭਾਸ਼ਾ 'ਤੇ। ਮਾਰੀਓ ਬਾਰਬੋ ਨੇ ਪਰਿਭਾਸ਼ਾ ਦਿੱਤੀ ਹੈ, ਕੀ ਕਹਿੰਦਾ, ਲੋਕਧਾਰਾ ਦਾ ਅਰਥ ਉਹ ਸਭ ਕੁਝ ਹੈ ਜੋ ਕਿ ਪੁਰਾਣੇ ਸਮਿਆਂ ਤੋਂ ਅੱਜ ਤੀਕ ਮਨੁੱਖੀ ਸੱਭਿਆਚਾਰ ਦਾ ਹਿੱਸਾ ਬਣਦਾ ਰਿਹਾ ਹੈ। ਗੱਲ ਕਲੀਅਰ ਹੈ ਜੀ, ਪਰਿਭਾਸ਼ਾ ਹੋ ਬਹੁ ਯਾਦ ਰੱਖਣੀ ਹੈ ਤੁਸੀਂ। ਆਰਚਰ ਟੇਲਰ ਕੀ ਕਹਿੰਦਾ, ਆਰਚਰ ਟੇਲਰ ਕਹਿੰਦਾ ਲੋਕਧਾਰਾ ਅਜਿਹੀ ਸਮੱਗਰੀ ਹੈ ਜੋ ਪਰੰਪਰਾਗਤ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਇਹ ਜ਼ਬਾਨੀ ਰੂਪ ਵਿੱਚ, ਲਿਖਤੀ ਰੂਪ 'ਚ ਨਹੀਂ, ਜ਼ਬਾਨੀ ਰੂਪ ਵਿੱਚ ਲੋਕ ਗੀਤਾਂ, ਲੋਕ ਕਹਾਣੀਆਂ, ਬੁਝਾਰਤਾਂ, ਅਖੌਤਾਂ, ਅਖੌਤ ਮਤਲਬ ਅਖਾਣ, ਅਤੇ ਕਈ ਹੋਰ ਰੂਪਾਂ ਵਿੱਚ ਸ਼ਬਦਾਂ ਦੁਆਰਾ ਸੁਰੱਖਿਅਤ ਕੀਤੀ ਜਾਂਦੀ ਹੈ। ਆਰਚਰ ਟੇਲਰ ਦੀ ਪਰਿਭਾਸ਼ਾ ਬਹੁਤ ਸੋਹਣੀ ਹੈ। ਵਣਜਾਰਾ ਬੇਦੀ ਦੀ ਪਰਿਭਾਸ਼ਾ ਨੋਰਮਲ ਗੱਲ ਹੈ, ਤੁਸੀਂ ਯਾਦ ਰੱਖਣੀ ਹੈ ਇਹਨੂੰ। ਲੋਕਧਾਰਾ ਲੋਕ ਸੰਸਕ੍ਰਿਤੀ ਦਾ ਪਸਾਰ ਅਤੇ ਲੋਕ ਮਨ ਦੀ ਸਹਿਜ ਅਭਿਵਿਅਕਤੀ ਹੋਣ ਕਰਕੇ ਕਿਸੇ ਜਾਤੀ ਦੀ ਸੰਸਕ੍ਰਿਤੀ ਦਾ ਮੂਲ ਸੱਚ ਹੈ। ਇਹ ਵਣਜਾਰਾ ਬੇਦੀ ਦੀ ਲਿਖੀ ਹੈ। ਕਰਨੈਲ ਸਿੰਘ ਥਿੰਦ ਕੀ ਕਹਿੰਦਾ, ਕਰਨੈਲ ਸਿੰਘ ਥਿੰਦ ਕਹਿੰਦਾ ਪਰੰਪਰਾਗਤ ਰੂਪ ਵਿੱਚ ਪ੍ਰਾਪਤ ਲੋਕ ਸੰਸਕ੍ਰਿਤੀ ਦੇ ਅੰਸ਼ਾਂ ਅਤੇ ਪ੍ਰਾਚੀਨ ਸੱਭਿਆਚਾਰ ਦੇ ਅਵਸ਼ੇਸ਼ਾਂ ਨਾਲ ਭਰਪੂਰ ਲੋਕ ਸਮੂਹ ਦਾ ਉਹ ਗਿਆਨ, ਲੋਕ ਸਮੂਹ ਸ਼ਬਦ ਪਹਿਲਾਂ ਵਰਤਦਾ ਉਹ ਇੱਕ ਜਗ੍ਹਾ 'ਤੇ, ਲੋਕ ਸਮੂਹ ਇੱਕ ਸ਼ਬਦ ਵਰਤਦਾ, ਲੋਕ ਸਮੂਹ ਦਾ ਉਹ ਗਿਆਨ ਜਿਸ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ, ਜਿਸ ਨੂੰ ਲੋਕ ਸਮੂਹ ਪ੍ਰਵਾਨਗੀ ਦੇਵੇ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰੇ, ਉਸ ਨੂੰ ਲੋਕ ਯਾਨ ਕਿਹਾ ਜਾਂਦਾ ਹੈ। ਆਪਣੀ ਪਰਿਭਾਸ਼ਾ ਦੇ ਵਿੱਚ ਉਹ ਤਿੰਨ ਸ਼ਬਦ ਵਰਤਦਾ, ਲੋਕ ਸਮੂਹ ਮਤਲਬ ਪੂਰਾ ਸਮਾਜ, ਦੂਸਰਾ ਲੋਕ ਮਾਨਸ ਲੋਕਾਂ ਦੀ ਮਾਨਸਿਕਤਾ, ਤੀਸਰੀ ਗੱਲ ਲੋਕ ਸਮੂਹ ਜਿਸ ਨੂੰ ਲੋਕ ਸਮੂਹ ਪ੍ਰਵਾਨਗੀ ਦੇਵੇ। ਅੱਛਾ, ਇੱਕੋ ਹੀ ਆ ਗਏ ਸ਼ਬਦ, ਠੀਕ ਹੈ, ਗੱਲ ਕਲੀਅਰ ਹੈ, ਤਾਂ ਇੱਕੋ ਹੀ ਸ਼ਬਦ ਹੈ। ਹਾਂਜੀ, ਕਰਨੈਲ ਸਿੰਘ ਥਿੰਦ ਦੀ ਪਰਿਭਾਸ਼ਾ ਤੁਸੀਂ ਯਾਦ ਰੱਖਣੀ ਹੈ। ਲੋਕਧਾਰਾ ਦੇ ਤੱਤ ਕਿਹੜੇ ਕਿਹੜੇ ਹੈ, ਲੋਕਧਾਰਾ ਦੇ ਤੱਤਾਂ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਮੌਖਿਕਤਾ, ਲੋਕਧਾਰਾ ਦੀ ਜਿੰਨੀ ਵੀ ਸਮੱਗਰੀ ਹੁੰਦੀ ਹੈ ਉਹ ਮੁੱਖ ਤੌਰ 'ਤੇ ਲੋਕਾਂ ਦੇ ਬੋਲ ਹੁੰਦੀ ਹੈ ਅਤੇ ਉਹਨਾਂ ਦੁਆਰਾ ਕੀਤੇ ਕਾਰਜਾਂ ਦੇ ਆਧਾਰ 'ਤੇ ਇਕੱਠੀ ਕੀਤੀ ਜਾਂਦੀ ਹੈ। ਜਿਸ ਸੱਭਿਆਚਾਰ ਵਿੱਚ ਭਾਸ਼ਾ ਦਾ ਕੋਈ ਲਿਖਤੀ ਰੂਪ ਨਹੀਂ ਹੁੰਦਾ ਉਹਦੇ ਵਿੱਚ ਲਗਭਗ ਸਾਨੂੰ ਪਤਾ ਵੀ ਸਾਰਾ ਜਿਹੜਾ ਸਾਹਿਤ ਹੋਊਗਾ ਉਹ ਲਗਭਗ ਮੌਖਿਕ ਹੋਊਗਾ। ਲੋਕਧਾਰਾ ਸਾਹਿਤ ਇਹਦਾ ਮਤਲਬ ਇਹ ਕਦੇ ਨਹੀਂ ਗਾ ਵੀ ਇਹ ਲਿਖਤੀ ਨਹੀਂ ਹੋ ਸਕਦਾ, ਲਿਖਤੀ ਵੀ ਹੁੰਦਾ, ਪਰ ਇਹਦੀ ਪ੍ਰਾਥਮਿਕਤਾ, ਇਹਦਾ ਝੁਕਾਵ ਹੈ ਜਿਹੜਾ ਉਹ ਮੌਖਿਕਤਾ ਵੱਲ ਹੈ, ਇਸ ਕਰਕੇ ਇਹ ਮੌਖਿਕਤਾ ਵੱਲ ਇਹਦਾ ਜ਼ਿਆਦਾ ਝੁਕਾਵ। ਪਰੰਪਰਾ, ਪਰੰਪਰਾ ਨਾਲ ਮੇਲ ਤੋਂ ਬਿਨਾਂ ਲੋਕਧਾਰਾ ਜੀਵਿਤ ਨਹੀਂ ਰਹਿ ਸਕਦੀ। ਇਹ ਪਰੰਪਰਾ ਕਿਹਨੂੰ ਕਹਿੰਦੇ ਆ, ਪਰੰਪਰਾ ਵਿੱਚ ਉਹ ਪੱਖ ਹੁੰਦੇ ਆ ਜੋ ਪੁਸ਼ਤ ਦਰ ਪੁਸ਼ਤ ਮਤਲਬ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲੇ ਆਉਂਦੇ ਹਨ, ਉਹਨੂੰ ਆਪਾਂ ਕਹਿ ਦਿੰਦੇ ਹਾਂ ਪਰੰਪਰਾ, ਵੀ ਇਹ ਤਾਂ ਸਾਡੀ ਪਰੰਪਰਾ ਹੀ ਹੈ ਜੀ, ਹੈ ਨਾ। ਵਣਜਾਰਾ ਬੇਦੀ ਕਹਿੰਦਾ ਲੋਕ ਸੰਸਕ੍ਰਿਤੀ ਦੀ ਯਾਤਰਾ ਸਦਾ ਪਰੰਪਰਾਗਤ ਮੁਖੀ ਰਹੀ ਹੈ ਅਤੇ ਇਸ ਯਾਤਰਾ ਦਾ ਸਾਰਾ ਅਡੰਬਰ ਲੋਕਧਾਰਾ ਦਾ ਹੀ ਸਾਕਾਰ ਹੈ। ਲੋਕ ਮਾਨਸ ਤੀਸਰਾ ਤੱਤ ਲੋਕਧਾਰਾ ਦਾ, ਇਹ ਵੀ ਲੋਕਧਾਰਾ ਵਾਂਗ ਹੀ ਸਮਾਜ ਦੇ ਵਿਅਕਤੀਆਂ ਨੂੰ ਪਰੰਪਰਾ ਵਾਂਗ ਪੁਸ਼ਤ ਦਰ ਪੁਸ਼ਤ ਮਿਲਦਾ, ਜਿਵੇਂ
ਵਣਜਾਰਾ ਬੇਦੀ ਨੇ ਗੱਲ ਕਹੀ ਹੈ, ਇਹਦੇ ਬਾਰੇ ਸਾਰੀਆਂ ਗੱਲਾਂ ਯਾਦ ਰੱਖਣੀਆਂ। ਲੋਕ ਸੰਸਕ੍ਰਿਤੀ ਦੀ ਹਰ ਮਾਨਸਿਕ ਅਤੇ ਭੌਤਿਕ ਪ੍ਰਕਿਰਿਆ ਦੇ ਵੇਗ ਦਾ ਮੂਲ ਸਰੋਤ ਸਮੂਹਿਕ ਚਿੱਤ ਹੁੰਦਾ ਹੈ। ਇਸੇ ਸਮੂਹਿਕ ਚਿੱਤ ਨੂੰ ਲੋਕ ਮਨ ਕਿਹਾ ਜਾਂਦਾ ਹੈ। ਲੋਕ ਮਨ ਸਦਾ ਜਾਗਰਤ ਜੋਤ ਹੈ ਜੋ ਆਦਿ ਜੁਗਾਦ ਤੋਂ ਹਰ ਮਨ ਵਿੱਚ ਪ੍ਰਕਾਸ਼ਮਾਨ ਚੱਲੀ ਆ ਰਹੀ ਹੈ। ਇਹ ਧੁੰਦਲੀ ਤਾਂ ਪੈ ਜਾਂਦੀ ਹੈ ਪਰ ਕਦੇ ਕਿਸੇ ਮਨ ਵਿੱਚੋਂ ਬੁੱਝਦੀ ਨਹੀਂ ਹੁੰਦੀ। ਸਮਾਜ ਦੇ ਵਿੱਚ ਮੰਨ ਲਓ ਕੋਈ ਵੀ ਮਨੁੱਖ ਰਹਿ ਰਿਹਾ, ਉਹਦੇ ਵਿੱਚ ਲੋਕ ਮਾਨਸ ਹੈ ਜਿਹੜੀ ਹੋਊਗੀ ਹੋਊਗੀ। ਲੋਕ ਮਾਨਸ ਦਾ ਪ੍ਰਮੁੱਖ ਲੱਛਣ ਹੈ ਇਸਦਾ ਤਰਕ ਰਹਿਤ ਹੋਣਾ ਅਤੇ ਦੂਜਾ ਇਸਦਾ ਰਹੱਸਮਈ ਹੋਣਾ। ਲੋਕ ਮਾਨਸ ਦੇ ਕਾਰਨ ਹੀ ਆਪਾਂ ਬਹੁਤ ਸਾਰੀਆਂ ਮਿੱਥ ਕਥਾਵਾਂ ਜਿਹੜੀਆਂ ਉਹ ਅਪਣਾ ਰੱਖੀਆਂ, ਉਹਦੇ ਪਿੱਛੇ ਲੋਕ ਮਾਨਸ ਕੰਮ ਕਰ ਰਹੀ ਹੁੰਦੀ ਹੈ। ਲੋਕ ਮਾਨਸ ਕਹਿੰਦਾ ਵੀ ਪ੍ਰਮੁੱਖ ਲੱਛਣ ਹੈ ਇਸਦਾ ਤਰਕ ਰਹਿਤ ਹੋਣਾ, ਆਪਾਂ ਉਹਦੇ 'ਤੇ ਤਰਕ ਨਹੀਂ ਕਰਦੇ। ਰਾਵਣ ਦੇ 10 ਸਿਰ ਹੈ, ਕੋਈ ਦਿੱਕਤ ਨਹੀਂ, 10 ਹੈ ਜੀ, ਪਰ ਸਾਇੰਸ ਕੀ ਕਹਿੰਦੀ ਵੀ ਸਿਰ 1 ਹੀ ਹੋ ਸਕਦਾ ਹੈ ਨਾ, ਹਾਲਾਂਕਿ ਜੁੜਵਾਂ ਹੋ ਜਾਂਦੇ ਕਈ ਵਾਰੀ ਹੈ ਨਾ, ਪਰ 10 ਸਿਰ ਸੋਚਣ ਵਾਲੀ ਗੱਲ ਹੈ। ਇਸ ਚੀਜ਼ ਨੂੰ ਪ੍ਰਵਾਨਗੀ ਕਿਹੜੀ ਚੀਜ਼ ਦੀ ਮਿਲੀ ਹੋਈ ਹੈ, ਆਪਣੇ ਕਿਹੜੀ, ਲੋਕ ਮਾਨਸ ਦੀ। ਲੋਕ ਮਾਨਸ ਕਹਿੰਦਾ ਵੀ ਨਹੀਂ, 10 ਸਿਰ ਹੈ। ਲੋਕ ਮਾਨਸ ਦਾ ਕਾਰਜ ਖੇਤਰ ਮਨੁੱਖੀ ਵਿਵਹਾਰ ਹੈ ਜਿਹਦੇ ਵਿੱਚ ਕਲਾ ਅਤੇ ਸਾਹਿਤ ਦੇ ਸਾਰੇ ਰੂਪ ਸ਼ਾਮਿਲ ਹੁੰਦੇ ਆ, ਹਮੇਸ਼ਾ ਕਾਰਜਸ਼ੀਲ ਰਹਿੰਦਾ। ਅਗਲੀ ਗੱਲ ਹੈ ਜੀ ਲੋਕ ਸੰਸਕ੍ਰਿਤੀ, ਇਹ ਸਾਰੇ ਤਾਤਾ ਲੋਕ ਧਾਰਾ ਦੀ ਯਾਦ ਰੱਖਣੀ ਹੈ ਤੁਸੀਂ। ਲੋਕ ਸੰਸਕ੍ਰਿਤੀ ਹੈ ਜਿਹੜੀ ਉਹ ਲੋਕ ਜੀਵਨ ਦੀ ਆਤਮਾ ਹੈ। ਇਹਦੇ ਦੁਆਰਾ ਲੋਕ ਜੀਵਨ ਦੇ ਉਹਨਾਂ ਸਾਰੇ ਸੰਸਕਾਰਾਂ ਦਾ ਬੋਧ ਹੁੰਦਾ ਹੈ ਜਿਨ੍ਹਾਂ ਰਾਹੀਂ ਲੋਕ ਆਪਣੇ ਸਮੂਹਿਕ ਅਤੇ ਸਮਾਜਿਕ ਜੀਵਨ ਢੰਗ ਦਾ ਨਿਰਣਾ ਕਰਦੇ ਹਨ। ਹਜ਼ਾਰੀ ਪ੍ਰਸਾਦ ਦਿਵੇਦੀ ਹਿੰਦੀ ਦਾ ਪ੍ਰਸਿੱਧ ਇਹ ਇੱਕ ਆਲੋਚਕ ਹੈ, ਉਹ ਕੀ ਕਹਿੰਦਾ, ਲੋਕ ਧਾਰਾ ਨੂੰ ਉਸਨੇ ਲੋਕ ਸੰਸਕ੍ਰਿਤੀ ਦਾ ਨਾਮ ਦਿੱਤਾ ਹੈ। ਵਣਜਾਰਾ ਬੇਦੀ ਸੁਣ ਲਓ ਕੀ ਕਹਿੰਦਾ ਲੋਕ ਸੰਸਕ੍ਰਿਤੀ ਬਾਰੇ। ਲੋਕ ਸੰਸਕ੍ਰਿਤੀ ਕੁਝ ਜੀਵਨ ਵਿਧੀਆਂ, ਆਚਾਰ ਵਿਵਹਾਰ, ਪੈਟਰਨ, ਚਰਿੱਤਰ, ਲੱਛਣ ਅਤੇ ਪਰੰਪਰਾਗਤ ਤੌਰ ਤਰੀਕਿਆਂ ਦਾ ਇੱਕ ਜੋੜ ਹੈ। ਕਰਨੈਲ ਸਿੰਘ ਥਿੰਦ ਕਹਿੰਦਾ ਭਾਰਤੀ ਲੋਕ ਜੀਵਨ ਦੀ ਆਪਣੀ ਵਿਸ਼ਾਲ ਅਤੇ ਵਿਸ਼ੇਸ਼ ਪਰੰਪਰਾ ਹੈ। ਇੱਥੋਂ ਦੀਆਂ ਪੁਰਾਣ ਕਥਾਵਾਂ, ਲੋਕ ਕਹਾਣੀਆਂ, ਤੀਰਥ ਇਸ਼ਨਾਨ, ਵਰਤ, ਉਤਸਵ ਆਦਿ ਰਾਹੀਂ ਲੋਕ ਸੰਸਕ੍ਰਿਤੀ ਪੂਰੀ ਤਰ੍ਹਾਂ ਪ੍ਰਤੀਬਿੰਬਿਤ ਹੁੰਦੀ ਹੈ। ਅਗਲਾ ਜੀ ਲੋਕ ਪ੍ਰਵਾਨਗੀ, ਆਹਤ ਮੇਰਾ ਹੀ ਹੈ, ਧਿਆਨ ਰੱਖਿਆ ਉਂਗਲਾ ਆਹੀ ਹੈ। ਲੋਕ ਪ੍ਰਵਾਨਗੀ, ਕੋਈ ਵੀ ਲੋਕ ਸਾਹਿਤ ਰਚਨਾ ਭਾਵੇਂ ਕਿਸੇ ਇੱਕ ਵਿਅਕਤੀ ਦੀ ਹੈ ਜਾਂ ਸਮੂਹਿਕ ਹੈ। ਵੈਸੇ ਕਿਹਾ ਜਾਂਦਾ ਵੀ ਲੋਕ ਸਾਹਿਤ ਰਚਨਾ ਜਿਹੜੀ ਉਹ ਸਮੂਹਿਕ ਹੁੰਦੀ ਹੈ, ਉਹਦੇ ਪਿੱਛੇ ਕੋਈ ਇੱਕ ਵਿਅਕਤੀ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਹੁੰਦਾ। ਪਰ ਜੇ ਹੋਵੇ, ਜਦੋਂ ਤੱਕ ਲੋਕ ਸਮੂਹ ਉਸ ਨੂੰ ਪ੍ਰਵਾਨਗੀ ਦੇ ਕੇ ਅੱਗੇ ਨਹੀਂ ਤੋਰਦਾ, ਉਹ ਪੁਸ਼ਤ ਦਰ ਪੁਸ਼ਤ ਅੱਗੇ ਜਾਣ ਵਾਲੀ ਚੀਜ਼ ਨਹੀਂ ਹੋਵੇਗੀ, ਨਾ ਹੀ ਉਸ ਵਿੱਚ ਪਰੰਪਰਾ ਦੇ ਅੰਸ਼ ਸ਼ਾਮਿਲ ਹੋਣਗੇ। ਮੰਨ ਲਓ ਕਿਸੇ ਨੇ ਕੋਈ ਚੀਜ਼ ਰਚੀ ਲੋਕ ਧਾਰਾ ਲੋਕ ਸਾਹਿਤ ਦੇ ਨਾਲ ਸੰਬੰਧਿਤ, ਉਹ ਜਿੰਨਾ ਚਿਰ ਲੋਕ ਸਮੂਹ ਦੀ ਪ੍ਰਵਾਨਗੀ ਨਹੀਂ ਮਿਲਦੀ ਉਸ ਨੂੰ, ਸਮਾਜ ਦੇ ਵਿੱਚ ਪੂਰੇ ਲੋਕ ਉਸ ਨੂੰ ਪ੍ਰਵਾਨ ਨਹੀਂ ਕਰ ਲੈਂਦੇ, ਉਦੋਂ ਤੱਕ ਉਹ ਲੋਕ ਧਾਰਾ ਲੋਕ ਸਾਹਿਤ ਦਾ ਅੰਸ਼ ਅੰਗ ਨਹੀਂ ਬਣ ਸਕਦੀ। ਲਓ ਜੀ ਗੱਲ ਹੋ ਗਈ ਕਲੀਅਰ। ਆਪਣੀਆਂ ਗੱਲਾਂ ਤੁਸੀਂ ਯਾਦ ਰੱਖਣੀਆਂ, PDF ਤੁਹਾਨੂੰ ਪਤਾ ਇਹਦਾ ਮਿਲ ਹੀ ਜਾਣਾ ਹੈ ਨਾ ਤੁਹਾਨੂੰ। ਲਓ ਜੀ ਮਿਲਦੇ ਹਾਂ ਅਗਲੀ ਕਲਾਸ ਲੈ ਕੇ ਜਲਦੀ। ਸਤਿ ਸ਼੍ਰੀ ਅਕਾਲ, ਰੱਬ ਰਾਖਾ।